ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰਨੀ ਅੱਲਾ ਜਾਣਦਾ ਉਹ ਤਾਂ ਵਿਚਾਰੇ ਸਾਡੇ ਗੱਡਿਆਂ ਦੇ ਵੀ ਲੰਮੇ ਪੈਣ ਖਾਲੀ ਗੱਡੇ ਸੀ ਉੱਤੇ ਜੀ ਭਾਵੇ ਸੀ ਉਹ ਕਹਿੰਦੇ ਤੁਹਾਨੂੰ ਅਸੀਂ ਆਪ ਛੱਡਿਆਵਾਂਗੇ ਵੀ ਜਾਓ ਨਾ ਇਹ ਦੋਵੇਂ ਮੁਲਕ ਸਹਿਮਤ ਹੋ ਜਾਣ ਇਹ ਤਾਂ ਸਾਰੀ ਦੁਨੀਆਂ ਤੋਂ ਭਾਰੀ ਸਾਰੀ ਦੁਨੀਆਂ ਤੋਂ ਭਾਰੀ ਹੈ ਦੋਵੇਂ ਮੁਲਕ ਜੇ ਇਹਨਾਂ ਦਾ ਸਰੂਤ ਹੋਵੇ ਇਹਨਾਂ ਨੂੰ ਕੋਈ ਆਸਤੀ ਨਹੀਂ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰਨੀ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਮੈਂ ਨਾਸਰ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ ਪੁਰਾਣੇ ਸਮੇਂ ਦੀਆਂ ਯਾਦਾਂ ਅਤੇ ਸਾਂਝਾਂ 1947 ਦੀ ਵੰਡ ਤੋਂ ਪਹਿਲਾਂ ਦੇ ਹਾਲਾਤਾਂ 'ਤੇ ਝਾਤੀ ਪਾਉਣ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਗੱਲ ਬਾਵਰ ਕਰਾਉਣ ਵਾਸਤੇ ਕਿ ਜਿਹੜੀ ਅਸੀਂ ਜਿਹਨੂੰ ਆਜ਼ਾਦੀਆਂ ਨੇ ਆਜ਼ਾਦੀ ਲਈ ਕੋਈ ਐਡਾ ਸੌਖਾ ਕੰਮ ਨਹੀਂ ਸੀ ਇਹਨਾਂ ਲੋਕਾਂ ਨੇ ਕਿਵੇਂ ਦੇ ਹਾਲਾਤ ਵੇਖੇ ਕੀ ਕੋਈ ਸੀ ਉਸ ਤੋਂ ਪਹਿਲਾਂ ਆਪਣਾ ਕੀ ਕੁਛ ਛੱਡ ਕੇ ਸਾਰਾ ਕੁਛ ਹੱਸਦੇ ਖੇਡਦੇ ਘਰਾਂ ਨੂੰ ਛੱਡ ਕੇ ਅਤੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਚਲੇ ਗਏ ਉਹਨਾਂ ਹਾਲਾਤਾਂ 'ਤੇ ਝਾਤੀ ਪਾਉਣ ਲਈ ਅਤੇ ਉਹਨਾਂ ਲੋਕਾਂ ਦੀਆਂ ਯਾਦਾਂ ਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਦੇ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਸੇਵ ਕਰਨ ਅਤੇ ਤੁਹਾਡੇ ਰੂਬਰੂ ਕਰਨ ਲਈ ਅੱਜ ਫਿਰ ਹਾਜ਼ਰ ਹਾਂ ਅਸੀਂ ਅੱਜ ਪਹੁੰਚੇ ਹਾਂ ਡਿਜਕੋਟ ਚੱਕ 87 ਬਾਬੇ ਦੀ ਬੇਰ ਰਾਣਾ ਦਿਲਾਵਰ ਖਾਨ ਸਾਹਿਬ ਦੇ ਕੋਲ ਜਿਹੜੇ ਪਸਨਾ ਪਿੰਡ ਡਿਸਟ੍ਰਿਕਟ ਜਲੰਧਰ ਤੋਂ ਉੱਠ ਕੇ ਆਏ ਨੇ ਅਤੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਇਹਨਾਂ ਕੋਲ ਹਾਲਾਤ ਪੁੱਛਾਂਗੇ ਵੀ ਕਿਸ ਤਰ੍ਹਾਂ ਦੇ ਉਦੋਂ ਹਾਲਾਤ ਸਨ ਜਦੋਂ ਪਾਰਟੀਸ਼ਨ ਜਿਹਨੂੰ ਇਹ ਲੋਕ ਉਜਾੜਾ ਕਹਿੰਦੇ ਨੇ ਜਦੋਂ ਉਜਾੜੇ ਤੋਂ ਪਹਿਲਾਂ ਦੇ ਹਾਲਾਤ ਅਤੇ ਉਸ ਟਾਈਮ ਕਿਸ ਤਰ੍ਹਾਂ ਦੇ ਹਾਲਾਤ ਸਨ ਕਿਸ ਤਰ੍ਹਾਂ ਲੋਕ ਵੱਸਦੇ ਸਨ ਅਤੇ ਉਸ ਤੋਂ ਬਾਅਦ ਕੀ ਹੋਇਆ ਅਤੇ ਕਿਵੇਂ ਦਾ ਮਾਹੌਲ ਬਣ ਗਿਆ ਪਾਰਟੀਸ਼ਨ ਵੇਲੇ ਜਿਹੜੇ ਹੱਸਦੇ ਵੱਸਦੇ ਘਰ ਸਨ ਬੜੇ ਅੱਛੇ ਤਰੀਕੇ ਦੇ ਨਾਲ ਵੱਸਦੇ ਸਨ ਸਿੱਖ ਮੁਸਲਿਮ ਹਿੰਦੂ ਉਹ ਆਂਦ ਕੀ ਕਹਿੰਦੇ ਵੀ ਸਿੱਖ ਮੁਸਲਿਮ ਹਿੰਦੂ ਈਸਾਈ ਸੀ ਉਦੋਂ ਦਾ ਨਾਰਾ ਸੀ ਸਭ ਹੈ ਭਾਈ ਭਾਈ ਅਤੇ ਉਹ ਭਾਈ ਭਾਈ ਕਿਵੇਂ ਇੱਕ ਦੂਜੇ ਨਾਲ ਲੜ ਪਏ ਕਿਵੇਂ ਉਹ ਲੋਕ ਜਿਹੜੇ ਵਾ ਜਾਨਾਂ ਦੇ ਦੁਸ਼ਮਣ ਬਣ ਗਏ ਜਿਹੜੇ ਵਾ ਇਨਸਾਨ ਨੂੰ ਇਨਸਾਨ ਦੀ ਕਦਰ ਨਾ ਰਹੀ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਬਾਬਾ ਜੀ ਨਾਲ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਸਲਾਮ ਬਾਬਾ ਜੀ ਪਹਿਲਾਂ ਤਾਂ ਸਾਰੇ ਵੇਖਣ ਵਾਲਿਆਂ ਨੂੰ ਤੁਸੀਂ ਆਪਣਾ ਨਾਂ ਦੱਸ ਦਿਓ ਨਾਂ ਕੀ ਤੁਹਾਡਾ ਮੇਰਾ ਨਾਂ ਜੀ ਦਿਲਾਵਰ ਖਾਂ ਦਿਲਾਵਰ ਖਾਂ ਜੀ ਹਾਂ ਅਤੇ ਤੁਹਾਡੇ ਅੱਬਾ ਜੀ ਦਾ ਉਹਦਾ ਨਾਂ ਰਹਿਮਤ ਖਾਂ ਰਹਿਮਤ ਖਾਂ ਹਾਂ ਦਾਦੇ ਸਾਡੇ ਨਾਂ ਨੱਥੇ ਖਾਂ ਨੱਥੇ ਖਾਂ ਹਾਂ ਜੀ ਅਤੇ ਆਪਣੀ ਰਾਜਪੂਤ ਬਰਾਦਰੀ ਰਾਜਪੂਤ ਬਰਾਦਰੀ ਰਾਜਪੂਤਾਂ 'ਚ ਵੀ ਦੋ ਨੇ ਨਾਰੂ ਅਤੇ ਦੂਸਰੇ ਨਾਰੂ ਆ ਨਾਰੂ ਹਾਂ ਨਾਰੂ ਰਾਜਪੂਤ ਹਾਂ ਜੀ ਠੀਕ ਅਤੇ ਤੁਸੀਂ ਹੁਣ ਬੈਠੇ ਜੇ 87 ਬਾਬੇ ਦੀ ਬੇਰ ਡਿਜਕੋਟ ਲੱਗ ਗਏ ਹਾਂ ਤਹਿਸੀਲ ਡਿਜਕੋਟ ਜ਼ਿਲ੍ਹਾ ਲੈਲਪੁਰ ਹਾਂ ਜੀ ਠੀਕ ਅੱਛਾ ਇਹ ਦੱਸੋ ਹੁਣ ਆਪਣੀ ਇਸ ਵੇਲੇ ਉਮਰ ਤੁਹਾਡੀ ਕੋਈ ਕਿੰਨੀ ਕੁ ਹੋ ਗਈ ਹੈ ਉਮਰ ਇਸ ਵੇਲੇ ਜੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀਹ ਸਾਲ ਦੀ ਉਮਰ ਮੇਰੀ ਹੋਊਗੀ 18-20 ਦੀ ਜਦੋਂ ਉੱਧਰੋਂ ਅਸੀਂ ਸਾਡਾ ਇੰਤਕਾਲ ਹੋਇਆ ਆਇਆ ਇੱਧਰ ਠੀਕ ਜੀ ਉੱਜੜ ਕੇ ਇੱਧਰ ਆਏ ਹਾਂਜੀ ਅਤੇ ਹੁਣ ਦੇਖ ਲਓ ਵੀ ਕਿੰਨੇ ਸਾਲ ਹੋ ਗਿਆ ਸੰਨ 47 ਤੋਂ ਅੱਗੇ 70 ਹੋ ਗਏ 90 ਤੋਂ ਉੱਤੇ ਦੀ ਹੈ ਤੁਹਾਡੀ ਉਮਰ ਮਾ ਫਿਰ ਇੰਨੀ ਗੱਲ ਅਤੇ ਸਿਹਤ ਵੀ ਮਾਸ਼ਾ ਅੱਲਾਹ ਠੀਕ ਹੈ ਹਲੇ ਹਾਂ ਸਿਹਤ ਵੀ ਠੀਕ ਹੈ ਸਿਹਤ ਵੀ ਠੀਕ ਹੈ ਹਾਂਜੀ ਅਤੇ ਆਪਣਾ ਇਹ ਦੱਸੋ ਵੀ ਆਪਾਂ ਜਿੱਥੇ ਬੈਠੇ ਹਾਂ 87 ਬਾਬੇ ਦੀ ਬੇਰ ਹਾਂਜੀ ਇੱਥੇ ਪਹਿਲਾਂ ਦੱਸ ਦਿਓ ਮਾੜੀ ਜਿਹੀ ਗੱਲ ਵੀ ਇੱਥੇ ਕਿੱਥੋਂ ਕਿੱਥੋਂ ਦੇ ਲੋਕ ਆ ਕੇ ਬੈਠੇ ਨੇ ਇੱਥੇ ਬੈਠੇ ਆ ਜੀ ਕੁਛ ਤਾਂ ਲੋਕ ਜਿਹੜੇ ਨਾ ਉਹ
ਪਹਿਲੇ ਇੱਥੇ ਬੈਠੇ ਸੀ ਸਿੱਖਾਂ ਦੇ ਨਾਲ ਹੀ, ਉਹ ਉਹਨਾਂ ਦੀ ਕੌਮ ਬਰਵਾਲੇ ਆ, ਠੀਕ ਹੈ, ਕੋਈ ਜਲਾਇਆ, ਕੋਈ ਬਰਵਾਲਾ, ਕੋਈ ਮੋਚੀ, ਠੀਕ ਹੈ। ਉਹ ਕਿੰਨੇ ਕਿੰਨੇ ਘਰ ਹੋ ਜਿਹੜੇ? ਉਹ ਹੈ ਕੋਈ 15-20 ਘਰ। ਉਹਨਾਂ ਦੇ ਵੱਡੇ ਕੋਈ ਸਿਆਣੇ ਤੁਹਾਡੀ ਉਮਰ ਦੇ ਕਿਹੜੇ ਜਿਹੜੇ ਬੰਦੇ, ਉਹਨਾਂ ਦਾ ਕੋਈ ਨਾਮ ਹੈ ਜਾਂ ਜ਼ਿਆਦਾ ਜਿਹੜੇ ਵੱਡੇ ਆ? ਇੱਕ ਨਾਂ ਅੱਲਾ ਦਿੱਤਾ ਸੀ, ਇੱਕ ਨਾਂ ਸੀਗਾ ਰੀਮ ਬਾਸ਼ਕ, ਇੱਕ ਨਾਂ ਸੀਗਾ, ਦੇਖੋ ਜੀ ਮੂੰਹ 'ਚ ਫਿਰਦਾ ਮੇਰੇ ਨਾਂ, ਉਹ ਧੋਬਾ ਸੀ ਯਾਰ, ਧੋਬੀ ਸੀ, ਆਹੋ ਧੋਬੀ ਸੀ। ਚਲੋ ਠੀਕ ਹੋ ਗਿਆ, ਜਿਹੜੇ ਦੱਸ ਦਿੱਤੇ ਤੁਸੀਂ, ਕੋਈ ਨਹੀਂ। ਹਾਂਜੀ, ਅਤੇ ਇੱਥੋਂ ਜਿਹੜੇ ਉੱਠ ਕੇ ਗਏ ਬਾਬੇ ਦੀ ਬੇਰ ਤੋਂ ਜਿਹੜੇ ਸਰਦਾਰ ਗਏ, ਉਹਨਾਂ ਦਾ ਵੀ ਪਿੰਡ ਆ ਕੇ ਵਸੇ ਪਤਾ ਹੁੰਦਾ ਵੀ ਇੱਥੋਂ ਆਹ ਉੱਠ ਕੇ ਗਏ ਬੰਦੇ? ਉਹਨਾਂ ਦਾ ਜੀ ਦੋ ਬੰਦਿਆਂ ਦਾ ਮੈਨੂੰ ਪਤਾ ਵਾ, ਇੱਕ ਦਾ ਮੈਨੂੰ ਪਤਾ ਤਿੰਨਾਂ ਦਾ ਸੀ। ਉਹ ਸਾਡਾ ਪਿੰਡ ਜਿਹੜਾ ਨਾ, ਤਿੰਨਾਂ ਮਾਲਕਾਂ ਦੀ ਜ਼ਮੀਨ ਆ। ਕਿਹਦੀ ਕਿਹਦੀ? ਇੱਕ ਨਾ ਹੈਗਾ ਸੀਗਾ ਸਪੂਰਨ ਸਿੰਘ, ਸਪੂਰਨ ਸਿੰਘ, ਹਾਂਜੀ, ਇੱਕ ਨਾ ਸੀਗਾ ਬੇਲੀ ਰਾਮ, ਬੇਲੀ ਰਾਮ, ਹਾਂਜੀ, ਤੇ ਇੱਕ ਨਾ ਸੀ, ਤਿੰਨਾਂ ਬੰਦਿਆਂ ਦੀ ਇਹ ਜ਼ਮੀਨ ਸੀਗੀ ਸਾਰੀ। ਬਾਬੇ ਦੀ ਬੇਰ 87, ਬਾਬੇ ਦੀ ਬੇਰ 87 ਚੱਕ ਦੀ, ਠੀਕ ਹੈ, ਹਾਂਜੀ। ਅੱਛਾ ਇਹ ਦੱਸੋ ਵੀ ਆਪਾਂ ਪਿੱਛੋਂ ਆਏ ਹਾਂ ਜਿੱਥੋਂ, ਪਹਿਲਾਂ ਤਾਂ ਸਵਾਲ ਸੋਰੀ ਵਿੱਚ ਰਹਿ ਗਿਆ ਆਪਣਾ, ਕੰਪਲੀਟ ਨਹੀਂ ਹੋਇਆ, ਵੀ ਪਿੰਡ ਆਪਣੇ ਬੰਦੇ ਕਿੱਥੋਂ ਕਿੱਥੋਂ ਦੇ ਆ ਕੇ ਬੈਠੇ, ਕਿਹੜੇ ਕਿਹੜੇ ਇਲਾਕੇ ਦੇ ਉੱਧਰੋਂ ਉੱਜੜ ਕੇ ਆਏ ਅਤੇ ਇੱਥੇ ਬੈਠੇ? ਇੱਥੇ ਬੈਠੇ, ਹਾਂ, ਉਹ ਜੀ ਇਲਾਕੇ ਰਿਆਸਤ ਕਪੂਰਥਲੇ ਲਾਗੇ ਸੀ, ਚੱਕ ਬਰਿਆ, ਉੱਥੇ ਦੇ ਬੈਠੇ ਆ, ਅਤੇ ਜ਼ਿਲ੍ਹੇ ਜਲੰਧਰ ਦੇ ਆ ਉਹ। ਇਹ ਪਿੰਡਾਂ ਦੇ ਮੈਂ ਤੁਹਾਨੂੰ ਦੱਸਦਾ, ਉਹਨਾਂ ਦੇ ਪਿੰਡ ਦਾ ਨਾਂ ਸੀ ਨਾਰਾਂ ਵਾਲੀ, ਨਾਰਾਂ ਵਾਲੀ, ਹਾਂਜੀ, ਠੀਕ ਹੈ। ਸਾਡੇ ਪਿੰਡ ਦਾ ਨਾਂ ਸੀ ਪਸਣਾ। ਅੱਛਾ, ਨਾਰਾਂ ਵਾਲੀ ਦੇ ਬੰਦੇ ਵੀ ਤੁਹਾਡੇ ਪਿੰਡ ਹੀ ਨੇ? ਸਾਡੇ ਬਾਬੇ ਦੀ ਬੇਰ ਆ, ਇਹ ਤਿੰਨਾਂ ਚੌਹਾਂ ਪਿੰਡਾਂ ਦੇ, ਅਤੇ ਕੁਛ ਜ਼ਿਲ੍ਹੇ ਗੁਰਦਾਸਪੁਰ ਦੇ ਆ। ਉਹ ਹੈਗੇ ਆ ਯਾਰ, ਮੇਰੇ ਫਹਿਮ 'ਚੋਂ ਨਿਕਲੀ ਗੱਲ, ਜ਼ਿਲ੍ਹੇ ਗੁਰਦਾਸਪੁਰ ਦੇ ਆ, ਉਹ ਦੇਊ ਕੌਮ ਦੇ ਆ, ਦੇਊ ਕੌਮ ਦੇ, ਹਾਂ, ਜੱਟ। ਉਹ ਵੀ ਤੁਹਾਡੇ ਬਾਬੇ ਦੀ ਬੇਰ? ਉਹ ਵੀ ਬੈਠੇ 5-7 ਘਰ, ਠੀਕ ਹੈ, ਹਾਂਜੀ। ਅੱਛਾ ਇਹ ਦੱਸੋ ਵੀ ਆਪਣਾ ਪਿੱਛੇ ਪਿੰਡ ਜਿਹੜਾ ਵਾ, ਉੱਥੇ ਦੇਸ਼ ਕਿਹੜਾ ਸੀ ਆਪਣਾ ਪਿੰਡ? ਦੇਸ਼ ਪਸਣਾ, ਪਸਣਾ, ਹਾਂਜੀ। ਜ਼ਿਲ੍ਹਾ? ਜ਼ਿਲ੍ਹਾ ਜਲੰਧਰ, ਜਲੰਧਰ। ਥਾਣਾ ਕਰਤਾਰਪੁਰ, ਥਾਣਾ ਕਰਤਾਰਪੁਰ, ਹਾਂਜੀ, ਠੀਕ ਹੈ। ਅਤੇ ਉਹ ਤਹਿਸੀਲ ਕਿਹੜੀ ਪੈਂਦੀ ਹੈ? ਤਹਿਸੀਲ ਜਲੰਧਰ ਹੀ ਆ, ਜਲੰਧਰ ਹੀ ਆ, ਠੀਕ। ਜਲੰਧਰ ਤੋਂ 5 ਮੀਲ ਅਸੀਂ ਲਹਿੰਦੇ ਪਾਸੇ ਤੇ ਲਾਗੇ ਹੀ ਸੀ। ਪਸਣਾ 5 ਮੀਲ ਆ ਜਲੰਧਰ ਤੋਂ ਲਹਿੰਦੇ ਪਾਸੇ, 5 ਕੁ ਮੀਲ, ਠੀਕ ਹੈ। ਅਤੇ ਉੱਥੇ ਆਪਣੇ ਪਿੰਡ ਪਸਣੇ ਤੋਂ ਵੱਢ ਤੋਂ ਪਹਿਲਾਂ, ਉਜਾੜਿਆਂ ਤੋਂ ਪਹਿਲਾਂ, ਹਾਂਜੀ, ਆਪਣੇ ਕਿੰਨੇ ਕੁ ਆਬਾਦੀ ਕਿੰਨੀ ਸੀ ਪਸਣਾ ਪਿੰਡ ਦੀ, ਕਿੰਨੇ ਘਰ ਸੀ? ਆਬਾਦੀ ਬਹੁਤ ਘੱਟ ਸੀਗੀ, ਕਿਉਂ? ਉੱਥੇ ਅਸੀਂ ਮਾਲਕ ਸੀਗੇ, ਅਸੀਂ 2 ਜੀ। ਇੱਕ ਤਾਂ ਸਾਡਾ ਜਿਹੜਾ ਦਾਦਾ ਨੱਥੇ ਖਾਂ, ਉਹਦੇ ਸੀ 15-16 ਮੁਰੱਬੇ, ਅਤੇ ਉਹ ਬਾਹਰ ਇਕੱਲਾ ਹੀ ਸੀ, ਠੀਕ ਹੈ। ਅਤੇ ਇੱਕ ਉਹਦੇ ਨਾਲ ਦਾ ਚਾਚਾ ਦਾਦ ਭਰਾ ਹੋ ਜਾਂ ਉਹਦੇ ਰਿਸ਼ਤੇਦਾਰ, ਮਤਲਬ ਉਹਦੇ ਨਾਂ ਸੀ ਫਤਿਹ ਮੁਹੰਮਦ, ਠੀਕ ਹੈ। 2 ਮਾਲਕ ਸੀ ਇਸ ਪਿੰਡ ਦੇ, ਅਤੇ ਬਾਕੀ ਜ਼ਮੀਨ ਜਿਹੜੀ, ਬਾਕੀ ਜਿਹੜੇ ਬੰਦੇ ਸੀ ਰਹਿੰਦੇ ਵਿੱਚ, ਕੋਮਾਣਾ ਦੇ ਘਰ ਸੀਗੇ, ਕੁਛ ਸ਼ਹੀਦਾਂ ਦੇ ਪੀਰਾਂ ਦੇ ਵੀ ਘਰ ਸੀਗੇ। ਅੱਛਾ, ਹਾਂ, ਉਹ ਸਾਰੇ ਨਾ। ਅਤੇ ਕੋਈ ਸਰਦਾਰ ਵੀ ਸੀ ਆਪਣੇ ਪਿੰਡ? ਨਹੀਂ, ਸਰਦਾਰ ਕੋਈ ਨਹੀਂ ਸੀ, ਮਜ਼ਬੀਆਂ ਦੇ, ਠੀਕ ਹੈ। ਉਹ ਤੁਹਾਡੇ ਪਿੰਡ 'ਚ ਮਜ਼ਬੀ ਵੀ ਹੈਗੇ? ਹਾਂਜੀ। ਉਹਨਾਂ ਦੇ ਨਾਂ ਕੀ ਕੀ ਹੈ? ਉਹਨਾਂ ਦੇ ਨਾਂ ਸੰਤ ਰਾਮ, ਬਾਂਤਾ, ਬਤਨਾ, ਅਮਰੂ, ਮੀਹਾਂ, ਮਹਿੰਗਾ, ਬਾਰੂ, ਲੱਭੂ, ਫੇਰੂ, ਇਹ ਨਾਂ ਸੀ ਉਹਨਾਂ ਦੇ। ਅੱਛਾ, ਅਤੇ ਉਹਨਾਂ ਦੇ ਤੁਹਾਡੇ ਹਾਣ ਦੇ ਵੀ ਕੋਈ ਮੁੰਡੇ ਹੈਗੇ ਸੀ ਉਹਨਾਂ ਦੇ? ਹਾਂ, ਸਾਡੇ ਹਾਣ ਦੇ ਜਿਹੜੇ ਸੀ, ਉਹਨਾਂ ਦੇ ਨਾਂ ਕੀ ਕੀ? ਉਹਨਾਂ ਦੇ ਨਾਂ ਸੀ ਛਿਬੂ, ਛਿਬੂ ਦਾ ਮੁੰਡਾ, ਛਿਬੂ ਹੈਗਾ ਬਾਰੂ ਦਾ, ਬਾਰੂ ਦਾ, ਠੀਕ ਹੈ। ਛਿਬੂ ਅਤੇ ਅਮਰੂ, ਭਗਤੂ, ਮਹਿੰਗਾ, ਦਾਸਾ, ਇਹ ਉਹਨਾਂ ਦੇ ਨਾਂ ਆ। ਇਹ ਇੱਕ ਉਹਨਾਂ ਦੇਖ ਹੋਰ, ਉਹ ਬੇਲੀ ਸੀ ਉਹਦਾ ਪੇ, ਦੇਖ ਮੈਨੂੰ ਫਹਿਮ ਤੋਂ ਨਿਕਲੀ ਗੱਲ, ਇਹ ਉਹਨਾਂ ਦੇ ਨਾਂ ਆ। 70 ਵਾਰੀ ਹੋ ਗਏ ਤੇ ਭੁੱਲ ਵੀ ਜਾਂਦਾ, ਭੁੱਲ ਜਾਂਦਾ, ਦਿਨ ਚੋਂ ਨਿਕਲ ਵੀ ਜਾਂਦਾ। ਹਾਂਜੀ, ਠੀਕ ਹੋ ਗਿਆ। ਅਤੇ ਆਪਣੀ ਪੈਲੀ ਜਿਹੜੀ ਤੁਹਾਡੀ ਦੋਵਾਂ ਘਰਾਂ ਦੀ ਸੀ, ਤੁਹਾਡੇ ਦਾਦੇ ਹੋਣਾਂ ਦੀ ਅਤੇ ਦਾਦੇ ਦਾ ਭਰਾ, ਹਾਂਜੀ, ਬਹੁਤੀ ਪੈਲੀ ਇਹਨਾਂ ਦੀ ਸੀ। ਅੱਛਾ, ਲਾਗੇ ਲਾਗੇ ਪਸਣਾ ਦੇ ਲਾਗੇ ਲਾਗੇ ਪਿੰਡ ਕਿਹੜੇ? ਪਿੰਡ ਸੀਗੇ ਜੀ ਅੰਬਗੜ, ਭੱਠੇ, ਬਿਰਿਆ, ਘੁਮਾਰਾ, ਦੁਗਰੀ, ਹਰੀਮਪੁਰ, ਘੁਮਿਆਰਾ, ਮੁਸਤਾਪੁਰ, ਇਹ ਪਿੰਡ ਸੀਗੇ ਲਾਗੇ ਲਾਗੇ।
ਅੱਛਾ, ਇਹਦੇ 'ਚ ਕਿੰਨੇ ਸੀ ਮੁਸਲਮਾਨਾਂ ਦੇ ਅਤੇ ਕਿੰਨੇ ਸਿੱਖਾਂ ਦੇ ਪਿੰਡ ਸੀ? ਇਹਦੇ 'ਚ ਪਿੰਡ ਮੁਸਲਮਾਨਾਂ ਦੇ ਅੰਬਗੜ੍ਹ ਮੁਸਲਮਾਨਾਂ ਦਾ ਸੀ, ਅਤੇ ਜਿਹੜਾ ਜੱਲਾ ਸਿੰਘ ਆ ਉਹ ਵੀ ਮੁਸਲਮਾਨਾਂ ਦਾ ਸੀ। ਠੀਕ ਹੈ। ਅਤੇ ਭੱਠੇ ਵੀ ਮੁਸਲਮਾਨਾਂ ਦੇ ਸੀ ਉੱਥੇ 'ਚ, ਉੱਥੇ ਉਹ ਆਪਣੇ ਆ ਜਿਹੜੇ ਤੁਸੀਂ ਕਹਿੰਦੇ ਨਾ ਮਜ਼੍ਹਬੀ ਸਿੱਖ, ਇਹ ਸਾਰਾ ਪਿੰਡ ਇਹੋ ਹੀ ਸੀ, ਥੋੜ੍ਹੇ ਘਰ ਉਬਾਲਾਂ ਦੇ ਸੀ। ਠੀਕ ਹੈ। ਹਾਂਜੀ। ਅਤੇ ਇਹ ਲਾਗੇ ਲਾਗੇ ਜਿਹੜੇ ਪਿੰਡ ਨੇ ਤੁਸੀਂ ਹੁੰਦਾ ਨਾ, ਜਿਵੇਂ ਆਪਾਂ 87 ਬਾਬੇ ਦੀ ਬੇਰ ਰਹਿੰਦੇ ਹਾਂ, ਲਾਗੇ ਲਾਗੇ ਪਿੰਡਾਂ ਦਾ ਪਤਾ ਹੁੰਦਾ ਵੀ ਫਲਾਣੇ ਥਾਂ ਫਲਾਣਾ ਰਹਿੰਦਾ, ਫਲਾਣਾ ਸਰਦਾਰ ਹੈ, ਫਲਾਣਾ ਸਰਪੰਚ। ਹਾਂਜੀ ਹਾਂਜੀ। ਉੱਥੇ ਕੋਈ ਲਾਗੇ ਪਿੰਡਾਂ ਦੇ ਕੋਈ ਸਰਦਾਰਾਂ ਜਿਹੜੇ ਸੀ ਕੀ ਨਾਂ ਦੱਸੋ, ਨਾਂ ਦੋ ਚਾਰ? ਉਹ ਜੀ ਚੱਕ ਚੀਮਿਆਂ ਦੇ ਲਿਖ ਲਓ, ਕਾਬਲ ਸਿੰਘ, ਕਿਸ਼ਨ ਸਿੰਘ, ਘੁਮਿਆਰੇ ਦੇ ਲਿਖ ਲਓ ਕਰਨੈਲ ਸਿੰਘ, ਅਤੇ ਦੀਵਾਨ ਸਿੰਘ, ਮੇਹਰ ਸਿੰਘ, ਹਰਨਾਮ ਸਿੰਘ, ਭਾਨ ਸਿੰਘ। ਇਹ ਕਿਹੜੇ ਪਿੰਡ ਦੇ? ਇਹ ਘੁਮਿਆਰੇ ਦੇ, ਘੁਮਿਆਰਾ ਪਿੰਡ। ਘੁਮਿਆਰਾ, ਠੀਕ ਹੈ। ਭਾਨ ਸਿੰਘ, ਇਹ ਤਿੰਨ ਭਰਾ ਸੀ, ਇੱਕ ਨਾਲ ਸੋਹਣ ਸੀ, ਸੋਹਣ ਸਿੰਘ, ਇਹ ਪਿੰਡ ਸੀ, ਇਹਨਾਂ ਦੇ ਨਾਂ ਇਹ ਆ। ਠੀਕ ਹੈ। ਹਾਂਜੀ। ਇਹ ਤੁਸੀਂ ਦੱਸਿਆ ਘੁਮਿਆਰੇ ਦੇ ਜਿਹੜੇ ਬੰਦੇ? ਹਾਂਜੀ। ਇਹ ਆਪਣੇ ਵੱਡਿਆਂ ਦੇ ਕੋਲ ਜਾਣ ਵਾਲੇ? ਹਾਂ, ਜਾਣ ਵਾਲੇ ਸਾਡੇ ਕੋਲ, ਆਉਣ ਜਾਣ, ਬਹਿਣ ਉੱਠਣ। ਮੈਂ ਵੀ ਉਹ ਜਿਹੜੇ ਨਾ ਜਿਹਨਾਂ ਦਾ ਮਨਾ ਲੈਂਦਾ, ਉਹ ਬੰਦੇ ਮੈਂ ਦੇਖੇ ਆ, ਹੁਣ ਉਹ ਹੈ ਨਹੀਂ ਹੁਣ। ਚਲੋ, ਉਹਨਾਂ ਦੇ ਗਾਂਹ ਲਾ ਤੇ, ਉਹਨਾਂ ਦੀ ਲਾਲ ਹੈ, ਉਹ ਤਾਂ ਹੈ। ਉਹਨਾਂ ਜਿਹੜੇ ਤੁਸੀਂ ਨਾਂ ਲਏ ਘੁਮਿਆਰੇ ਦੇ ਸਰਦਾਰ, ਉਹਨਾਂ ਦਾ ਕੋਈ ਤੁਹਾਡੇ ਹਾਣ ਦਾ ਮੁੰਡਾ ਨਹੀਂ ਹੈਗਾ? ਸਾਡੇ ਹਾਣ ਦੇ ਮੁੰਡੇ ਹੈਗੇ ਸੀ, ਹਰੀਮਪੁਰ ਦੇ ਹੈਗੇ ਸੀ ਮੇਰੇ ਹਾਣ ਦੇ, ਤਾਂ ਉਹ ਜਿਹੜੇ ਸਾਡੇ ਹਾਣ ਦੇ ਸੀ ਨਾ, ਮੇਥੋਂ ਉਹ ਵੱਡੇ ਸੀ, ਜਿਹਨਾਂ ਦਾ ਮੈਂ ਤੁਹਾਡਾ ਨਾਂ। ਹਰੀਮਪੁਰ ਦੇ ਆ, ਇੱਕ ਨਾਂ ਸੋਹਣ ਸੀ, ਇੱਕ ਨਾਂ ਸੀ ਗਿਲਵਸ਼ਨਾ, ਇੱਕ ਨਾਂ ਸੀ ਦੌਲੀ, ਦੌਲਾ ਸਿੰਘ ਉਹਨੂੰ ਸਾਦੇ ਹੋਣਗੇ, ਉਹਨੂੰ ਦੌਲੀ ਦੌਲੀ ਕਹਿੰਦੇ ਸੀ। ਠੀਕ ਹੈ। ਇਹ ਇੱਦਾਂ ਦੇ ਉਹਨਾਂ ਦੇ ਨਾਂ ਸੀ। ਠੀਕ। ਉਹ ਤੁਹਾਡੇ ਜ਼ਿਹਨ 'ਚ ਵੀ ਫਲਾਣੇ ਫਲਾਣੇ ਸੀ? ਹਾਂ ਹਾਂ। ਉਹ ਤਾਂ ਜਦੋਂ ਗੱਲ ਕਰੀ, ਉਹ ਨਕਸ਼ਾ ਮੋਹਰੇ ਆ ਜਾਂਦਾ ਯਾਰ, ਸਾਹਮਣੇ ਆ ਜਾਂਦੇ। ਹਾਂ ਬਿਲਕੁਲ, ਐਵੇਂ ਐਵੇਂ ਦੇ। ਹਾਂ ਠੀਕ ਹੈ। ਅੱਛਾ, ਇਹ ਦੱਸੋ ਵੀ ਆਪਣਾ ਇਹਨਾਂ ਪਿੰਡਾਂ ਦੇ ਤੁਸੀਂ ਨਾਂ ਵੀ ਦੱਸੇ, ਵੀ ਜਿਵੇਂ ਤੁਸੀਂ ਨਾਂ ਦੱਸਣ ਦੇ, ਐਂ ਲੱਗਦਾ ਵੀ ਜਿਵੇਂ ਕੱਲ੍ਹ ਦੀ ਗੱਲ ਆ, ਉਹ ਸਾਰੇ ਨਾਂ ਤੁਹਾਡੇ ਜ਼ਿਹਨ 'ਚ ਅੱਖਾਂ ਅੱਗੇ ਹੈਗੇ? ਹਾਂ, ਅੱਖਾਂ ਹੈਗੇ, ਦੇਖ ਲਓ ਮੇਰੀ ਸਾਲ, ਦੇਖ ਲਓ ਕਿੰਨੇ 70 ਸਾਲ ਹੋ ਗਏ? ਉਹ 70 ਹੋ ਗਿਆ ਨਾ, ਮੁੱਦਤ ਲੰਘ ਗਈ। ਉਦੋਂ ਉੱਥੇ ਇਹ ਦੱਸੋ ਵੀ ਆਪਣਾ ਰਹਿਣ ਸਹਿਣ ਕਿਵੇਂ ਦਾ ਸੀ? ਰਹਿਣ ਸਹਿਣ ਸਾਡਾ ਬਹੁਤ ਅੱਛਾ ਸੀ, ਸਿੱਖਾਂ ਮੁਸਲਮਾਨਾਂ ਦਾ ਬੜਾ ਸੂਤਰ ਸੀ। ਕੋਈ ਲੜਾਈ ਝਗੜਾ? ਕੋਈ ਲੜਾਈ ਝਗੜਾ ਨਹੀਂ, ਕੋਈ ਕਿਸੇ ਨਾਲ ਫਿਤਨਾ ਪਸਾਦ ਨਹੀਂ, ਬੜੇ ਅਮਨ ਨਾਲ ਅਸੀਂ ਰਹਿੰਦੇ ਸੀ। ਵਿਆਹਾਂ ਸ਼ਾਦੀਆਂ 'ਚ ਦੁੱਖ ਸੁੱਖ ਸਾਡੇ ਇੱਕ ਦੂਜੇ ਨਾਲ ਸਾਂਝੇ ਸੀ, ਇੱਕ ਦੂਜੇ ਨਾਲ ਬਹਿਣ ਉੱਠਣ, ਲੈਣ ਦੇਣ, ਵਿਆਹਾਂ ਸ਼ਾਦੀਆਂ 'ਚ ਵੀ ਇੱਕ ਦੂਜੇ ਦੀ ਜਾਈ ਆਈਦਾ ਸੀ, ਇੱਕ ਦੂਜੇ ਦਾ ਹੱਥ ਵੀ ਭਰਿਆ ਪਿਛਾ ਤਾਂ ਹੱਥ ਵੀ ਵਟਾਈਦੇ ਸੀ ਇੱਕ ਦੂਜੇ ਦੇ, ਹਰ ਲਿਹਾਜ਼ ਨਾਲ ਠੀਕ ਠਾਕ ਰਹਿੰਦੇ ਸੀ। ਇਹ ਤਾਂ ਉਦੋਂ 47 'ਚ ਪਤਾ ਨਹੀਂ ਹਿੰਦੂਆਂ ਨੇ ਕੀ ਇਹਨਾਂ ਨੂੰ ਵਿਚਾਰਿਆਂ ਨੂੰ ਭੂਤ ਫੇਰੀ ਲਾਈ, ਜ਼ਿਹਨ ਵਿਗੜ ਗਿਆ ਇਹਨਾਂ ਦੇ। ਹਾਂ, ਜ਼ਿਹਨ ਵਿਗੜ ਗਿਆ, ਕੋਈ ਨੁਕਸਾਨ ਮੁਸਲਮਾਨਾਂ ਦਾ ਇਹਨਾਂ ਨੇ ਕੀਤਾ ਉਦੋਂ, ਮੁਸਲਮਾਨ ਨੁਕਸਾਨ ਹੋਇਆ ਦੋ ਪਾਸੇ। ਅਸਲ 'ਤੇ ਗੱਲ ਇਹ ਨਾ ਵੀ ਜੇ ਹੁਣ ਕੁਛ ਮੀਡੀਆ ਆ ਗਿਆ ਹੁਣ ਲੋਕਾਂ ਨੂੰ ਪਤਾ ਲੱਗਦਾ, ਲੈਂਦੇ ਉੱਧਰ ਲਿਆਂਦੇ ਸੀ ਵੀ ਸਾਨੂੰ ਮੁਸਲਮਾਨਾਂ ਨੇ ਮਾਰਿਆ, ਇੱਧਰ ਲਿਆਂਦੇ ਸੀ ਸਾਨੂੰ ਸਿੱਖਾਂ ਨੇ ਮਾਰਿਆ। ਅਦਾ ਨਾ ਸਿੱਖਾਂ ਨੇ ਮਾਰਿਆ ਅਤੇ ਨਾ ਮੁਸਲਮਾਨਾਂ ਨੇ ਮਾਰਿਆ, ਉਹ ਕੁਛ ਲੋਕ ਸਨ ਜਿਨ੍ਹਾਂ ਦਾ ਕਿਸੇ ਵੀ ਧਰਮ ਨਾਲ ਮੇਰਾ ਤਾਂ ਖਿਆਲ ਨਹੀਂ। ਇਹ ਤੁਹਾਡੀ ਮਜ਼ਾਕ ਗੱਲ, ਮੇਰਾ ਮਕਸਦ ਜਿਹੜੇ ਇੱਦਾਂ ਦੇ ਅਵਾਰਾ ਲੋਕ ਸੀਗੇ ਨਾ ਲੋਫਰ, ਇਹ ਇੱਦਾਂ ਦੇ ਇਹਨੇ ਨੁਕਸਾਨ ਇੱਧਰ ਵੀ ਹੋ ਸਕਦਾ ਕੀਤਾ ਹੋਊ ਤਾਂ ਉੱਧਰ ਵੀ ਕੀਤਾ ਹੋਊਗਾ। ਜਿਹੜੇ ਚੰਗੇ ਬੰਦੇ ਸੀ ਨਾ, ਉਹ ਚੰਗੇ, ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਹਾਂ। ਅੱਛਾ, ਇਹ ਦੱਸੋ ਆਪਣਾ ਵੀ ਪਿੰਡ ਦੇ ਵਿੱਚ ਕੋਈ ਮਸਜਿਦ ਹੈ ਸੀ? ਹਾਂਜੀ, ਮਸਜਿਦ ਹੈ। ਇੱਕੋ ਹੀ ਕਿ ਦੋ? ਨਹੀਂ, ਇੱਕੋ ਹੀ। ਕਿੱਥੇ ਕਰਕੇ ਸੀ ਮਸਜਿਦ ਜੀ? ਉਹ ਸਾਡਾ ਜਿਹੜਾ ਸੀ ਨਾ ਰਹਿਣ ਸਹਿਣ ਵਾਲਾ ਘਰ, ਅਸੀਂ ਇੱਧਰ ਹੁਣ ਡੇਰਾ ਜਾਂ ਬੈਠ ਕਹਿੰਦੇ ਹਾਂ, ਅਸੀਂ ਉੱਧਰ ਕਹਿੰਦੇ ਸੀ ਦੀਵਾਨਖਾਨਾ। ਦੀਵਾਨਖਾਨਾ ਉਹ ਸਾਡੇ ਦੀਵਾਨਖਾਨੇ ਦੇ ਅੱਗੇ ਬਿਲਕੁਲ ਮੋਹਰੇ ਸੀਗੀ, ਦੋ ਚਾਰ ਘਰੂ ਛੱਡ ਕੇ, ਅਤੇ ਮੋਹਰੇ ਉਹ ਸਾਡੀ ਦੀਵਾਨਖਾਨੇ ਦੀ ਡੇੜੀ ਜਿਹੜੀ ਨਾ ਉਹ ਬਹੁਤ ਵੱਡੀ ਸੀ, ਜਿੱਦਾਂ ਹੁਣ ਇੱਧਰ ਆਮ ਪਿੰਡਾਂ 'ਚ ਡੇੜੀਆਂ ਵੱਡੀਆਂ ਵੱਡੀਆਂ ਫਾਟਕਾਂ ਵਾਲੀਆਂ, ਇੱਦਾਂ ਉਹ ਡੇੜੀ ਸੀ। ਮੋਹਰੇ ਉਹ ਡੇੜੀ ਦੇ ਬੂਹੇ ਦੇ ਅੱਗੇ ਦੋ ਚਾਰ ਘਰੂ ਅਤੇ ਅਗਲੇ ਪਾਸੇ ਮਸੀਜ ਸੀਗੀ। ਠੀਕ ਹੈ। ਹਾਂਜੀ। ਅਤੇ ਪਿੰਡ 'ਚ ਫਿਰ ਇਹਦਾ ਮਤਲਬ ਵੀ ਸਿੱਖ ਹੈ ਨਹੀਂ ਸੀ, ਗੁਰਦੁਆਰਾ ਤਾਂ ਕੋਈ ਨਹੀਂ ਹੋਣਾ? ਨਹੀਂ, ਗੁਰਦੁਆਰਾ ਕੋਈ ਨਹੀਂ। ਠੀਕ ਹੈ। ਹਾਂਜੀ। ਅਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਸ਼ਾਦੀ ਵਿਆਹਾਂ 'ਤੇ ਆਉਣ ਜਾਣ ਇੱਕ ਦੂਜੇ ਨਾਲ, ਵੀ ਜਦੋਂ ਕਿਸੇ ਦੀ ਕੋਈ ਮਰਗ ਹੋ ਜਾਂਦੀ ਸੀ, ਹਾਂਜੀ, ਫੌਤ ਹੋ ਜਾਂਦਾ ਸੀ, ਉਦੋਂ ਵੀ ਇੱਕ ਦੂਜਾ ਲਾਉਂਦੇ ਸੀ? ਨਹੀਂ, ਉਦੋਂ ਇਹ ਸੀਗਾ ਵੀ ਇੱਕ ਦੂਜੇ ਕੋਲ ਹੋਣਾ, ਜਿੱਦਾਂ ਆਪਾਂ ਇੱਥੇ ਜਨਾਜ਼ੇ ਦੇ ਬੰਦੇ ਰਲਦੇ ਨਾ, ਜਨਾਜ਼ਾ ਪੜ੍ਹਨ ਜਾਈਦਾ,
ਇੱਦਾਂ ਸਿੱਖ ਨਹੀਂ ਸੀ ਆਉਂਦੇ, ਜੇ ਆਉਂਦੇ ਸੀਗੇ ਉਹ ਤਾਂ ਜਨਾਜ਼ੇ ਦੇ ਨਾਲ ਰਲ ਕੇ ਨਾ ਤਾਂ ਉਹਨਾਂ ਕੋਲ ਜਿਹੜੇ ਪਰਨੇ ਹੁੰਦੇ ਸੀ ਗਲਾਂ 'ਚ ਪਾ ਕੇ ਤਾਂ ਇੱਦਾਂ ਬੇਨਤੀ ਕਰਦੇ ਹੁੰਦੇ ਸੀ, ਪੜ੍ਹਨਾ ਉਹਨਾਂ ਨੂੰ ਕੀ ਆਉਣਾ ਵੀ ਦੁਆ ਜਿਵੇਂ ਅਸੀਂ ਆਪਣੇ ਕਰਦੇ ਹਾਂ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਹਿਸਾਬ ਨਾਲ ਇੱਦਾਂ ਹੱਥ ਬੰਨ ਕੇ ਨਾਲ ਹੀ ਖੜੇ ਹੋ ਜਾਂਦੇ ਸੀ ਅਤੇ ਮੁਸਲਮਾਨ ਵੀ ਚੱਲ ਜਾਂਦੇ ਸੀ ਉਹ ਉਹਨਾਂ ਦੇ ਅਤੇ ਮੁਸਲਮਾਨ ਜਿਹੜੇ ਆ ਇਹ ਉਹਨਾਂ ਕੋਲ ਜਾਂਦੇ ਸੀ ਅਤੇ ਇਹ ਉਹਨਾਂ ਨੂੰ ਉਹ ਜਨਾਜ਼ਾ ਨਹੀਂ ਕਰਾਉਂਦੇ, ਉਹ ਸਿਰਫ ਨਹਾ ਕੇ ਮਸਜਿਦ ਨੂੰ ਲਿਆ ਕੇ ਉਹਨਾਂ ਨੇ ਸੀੜੀਆਂ ਬਣਾਈਆਂ ਹੁੰਦੀਆਂ ਤਾਂ ਲੂਹ ਉਹ ਲੂਹਦੇ ਆ ਸਾੜਦੇ ਆ ਠੀਕ, ਅਤੇ ਅਸੀਂ ਕਹਿਣ ਦਾ ਮਕਸਦ ਇਹ ਜਿਹੜੇ ਮੁਸਲਮਾਨ ਆ ਇਹ ਜਿਹੜਾ ਕੋਈ ਫੌਤ ਹੋ ਜਾਂਦਾ ਸੀ ਉਹਦੇ ਪਿਛਲਿਆਂ ਨੂੰ ਕੋਲ ਜਾਣਾ ਬਹਿਣਾ ਮਹਿਸੂਸ ਮਹਿਸਾਸ ਕਰਨਾ ਮਹਿਸੂਸ ਕਰਨਾ ਠੀਕ ਇਹ ਕੰਮ ਹੁੰਦਾ ਵੀ ਇਹ ਇਸ ਤਰ੍ਹਾਂ ਵੀ ਜਿਵੇਂ ਸਾਂਝ ਸੀ ਤੁਹਾਡੇ ਦੱਸਣ ਦਾ ਮਕਸਦ ਇਹ ਵੀ ਉਹ ਇੱਕ ਦੂਜੇ ਦੇ ਨਾਲ ਕੋਈ ਐਸਾ ਮਸਲਾ ਨਹੀਂ ਸੀ ਨਹੀਂ ਅੱਛਾ ਇਹਦੇ ਵਿੱਚ ਇਹ ਦੱਸੋ ਵੀ ਅਸੀਂ ਤਾਂ ਹੁਣ ਅਸੀਂ ਮੈਂ ਗੱਲਾਂ ਕਰਦਾ ਨਾ ਵੀ ਦੋ ਕੌਮੀ ਨਜ਼ਰੀਏ ਦੇ ਅਤੇ ਆਪਾਂ ਹਾਮੀ ਹਾਂ ਉਹਦੇ 'ਤੇ ਆਪਾਂ ਕਦੇ ਵੀ ਕਤੀ ਤੌਰ 'ਤੇ ਅਸੀਂ ਮੁਖਾਲਫਤ ਨਹੀਂ ਕਰਦੇ, ਪਾਕਿਸਤਾਨ ਲਿਆ ਅਸੀਂ ਆਜ਼ਾਦੀ ਲਈ, ਆਜ਼ਾਦੀ ਸਾਡੇ ਵਾਸਤੇ ਬੜੀ ਵੱਡੀ ਨਿਮਤ ਹੈ, ਲੇਕਿਨ ਉਹ ਕੁਛ ਵੀਡੀਓ ਦੀ ਰਾਹੀਂ ਮੈਂ ਇਹ ਵੀ ਗੱਲ ਦੱਸਦਾ ਚਾਹਾਂ ਵੀ ਇਹ ਜਿਹੜੇ ਖਿਆਲਾਂ ਅਤੇ ਗੱਲਾਂ ਆਪਾਂ ਪੁੱਛੀਆਂ ਨੇ ਇਹਨਾਂ ਬਜ਼ੁਰਗਾਂ ਤੋਂ ਜਿਨ੍ਹਾਂ ਨੇ ਦੌਰ ਵੇਖਿਆ ਉਹਨਾਂ ਨੂੰ ਆਪਣਾ ਦੌਰ ਹਮੇਸ਼ਾ ਹੀ ਚੰਗਾ ਲੱਗਦਾ, ਜੇ ਅਸੀਂ ਕਹਾਂਗੇ ਵੀ ਜੇ ਸਾਨੂੰ ਕੋਈ ਬੁੱਢੇ ਅਸੀਂ ਹੋ ਜਾਈਏ ਸਾਨੂੰ ਪੁੱਛੇ ਵੀ ਤੁਹਾਡਾ ਦੌਰ ਕਿਵੇਂ ਦਾ ਸੀ, ਕਹਿਣਾ ਸਾਰੀ ਗੱਲ ਚੰਗਾ ਸੀ ਅਤੇ ਇਹਨਾਂ ਲੋਕਾਂ ਨੂੰ ਵੀ ਆਪਣਾ ਦੌਰ ਆਪਣਾ ਪਿੰਡ ਆਪਣੇ ਥਾਂ ਜਿਹੜੇ ਉਹ ਚੰਗੇ ਲੱਗਦੇ ਆ ਅਤੇ ਵਧੀਆ ਲੱਗਦੇ ਆ। ਦੇਖੋ ਜੀ ਜੰਮਣ ਭੌਣ ਜਿਹੜੀ ਹੁੰਦੀ ਨਾ ਬੰਦੇ ਦੀ ਇਹ ਮਾੜੀ ਤੈਨੂੰ ਮੈਨੂੰ ਜਾਂ ਉਹ ਹੋਰ ਲੋਕਾਂ ਨੂੰ ਮਾੜੀ ਭਾਵਾਂ ਲੱਗੇ ਜਿਹੜਾ ਉੱਥੇ ਜੰਮਿਆ ਉਹਨੂੰ ਨਹੀਂ ਮਾੜੀ ਲੱਗਦੀ, ਹਾਂ ਉਹਨੂੰ ਤਾਂ ਮਾੜੀ ਨਹੀਂ ਲੱਗਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਛਾ ਇਹਦੇ ਵਿੱਚ ਆਪਾਂ ਸਵਾਲ ਇਹਦੇ ਵਿੱਚ ਕਰਦਾ ਤੁਹਾਨੂੰ ਮੈਂ ਇਹ ਦੱਸੋ ਵੀ ਮਜ਼ਹਬੀ ਤੌਰ 'ਤੇ ਕੋਈ ਤੁਹਾਨੂੰ ਇਹਦੇ ਵਿੱਚ ਹੈ ਤਾਂ ਨਹੀਂ ਸੀ ਵੀ ਜਿਸ ਤਰ੍ਹਾਂ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਆਜ਼ਾਦੀ ਸੀ? ਨਹੀਂ 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 ਇਹ ਕੋਈ ਰੁਕਾਵਟ ਨਹੀਂ ਸੀ ਮਜ਼ਹਬ ਦੇ ਕਿਸੇ ਨੂੰ ਧੱਪਾ, ਨਾ ਸਿੱਖਾਂ ਨੂੰ ਨਾ ਹਿੰਦੂਆਂ ਨੂੰ ਨਾ ਜਿਹੜੇ ਮਜ਼ਹਬੀ ਸਿੱਖ ਆ ਜਾਂ ਹੋਰ ਕੋਈ ਵੀ ਕੌਮ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਸ ਬਾਰੇ ਮਜ਼ਹਬ ਦੇ ਬਾਰੇ ਕੋਈ ਇੱਕ ਦੂਜੇ ਨੂੰ ਪੂਰੀ ਆਜ਼ਾਦੀ ਸੀ ਆਪਣਾ ਤੁਸੀਂ ਹਾਂ ਬੜਾ ਅਮਨ ਨਾਲ ਬਸ ਰਹੇ ਜਾਂਦੇ ਆ ਤੇ ਕੋਈ ਇਸ਼ੂ ਨਹੀਂ ਠੀਕ ਹੈ ਅਮਨ ਨਾਲ ਬਸ ਰਹੇ ਹਾਂ ਅੱਛੇ ਤਰੀਕੇ ਨਾਲ ਅੱਛੇ ਤਰੀਕੇ ਨਾਲ ਹਾਂ ਕੋਈ ਏਡੀ ਨਹੀਂ ਸੀ ਪਲਾਰੋਂ ਅੱਛਾ ਇਹ ਦੱਸੋ ਵੀ ਵੇਲਾ ਜਿਹੜਾ ਵਾ ਉਹ ਤਾਂ ਸਾਰੀ ਗੱਲ ਜਿਵੇਂ ਅੱਗੇ ਗੱਲ ਕਰਨੇ ਆ ਵੀ ਵੇਲਾ ਤੁਹਾਨੂੰ ਕਿਹੜਾ ਚੰਗਾ ਲੱਗਦਾ ਸੀ ਉਹ ਚੰਗਾ ਸੀ ਹੁਣ ਵਾਲਾ ਚੰਗਾ ਹਾਂਜੀ ਵੇਲਾ ਵਸੇਬ 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 ਜੀ ਇਹ ਆ ਬਈ ਜਿਹੜਾ ਉਦੋਂ ਵਸੇਬ ਸਾਡਾ ਸੀ ਨਾ ਉਹ ਜ਼ਮਾਨਾ ਸੀ ਸਾਦਗੀ 'ਚ ਸਾਦਗੀ ਜ਼ਮਾਨਾ ਸੀ ਪੈਸਾ ਘੱਟ ਸੀਗਾ ਅਤੇ ਅਖਲਾਕ ਜ਼ਿਆਦਾ ਸੀ ਹੁਣ ਪੈਸਾ ਜ਼ਿਆਦਾ ਅਖਲਾਕ ਘੱਟ ਆ ਤਕੜੀ ਹੋਰ ਪਾਸੇ ਤੁਰ ਤਕੜੀ ਹੋਰ ਪਾਸੇ ਤੁਰ ਗਈ ਆ ਵੈਸੇ ਉਦੋਂ ਨਾਲੋਂ ਹਾਲਾਤ ਜਿਹੜਾ ਪੈਸੇ ਵਾਲੋ ਹਾਲਾਤ ਜਿਹੜਾ ਨਾ ਉਦੋਂ ਨਾਲੋਂ ਹੁਣ ਬਿਹਤਰ ਆ। ਅੱਛਾ ਹੁਣ ਕਦੀ ਕੋਈ ਜ਼ਿਹਨ 'ਚ ਆਇਆ ਵੀ ਪਿੱਛੇ ਇੰਨੀ ਉਮਰ ਹੋ ਗਈ ਆ ਵੀ ਆਪਾਂ ਪਿੱਛੇ ਜਾਈਏ ਕੋਈ ਵੇਖਣ ਨੂੰ ਦਿਲ ਕੀਤਾ ਵੀ ਆਪਣਾ ਪਿਛਲਾ? ਨਹੀਂ ਜੀ ਦਿਲ ਤਾਂ ਬਹੁਤ ਕਰਦਾ ਵਾ ਪਰ ਹੁਣ ਸਾਡੇ 'ਤੇ ਉਹ ਟਾਈਮ ਨਹੀਂ ਰਿਹਾ ਦੇਖਣ ਦਾ ਜਾਈਏ ਆਈਏ ਜਾਂ ਫਿਰੀਏ ਤੁਰੀਏ ਉੱਥੇ ਬੰਦਾ ਤੁਹਾਡੇ ਵਾਂਗ ਉਮਰ ਸਿਰ ਹੋਵੇ ਤਾਂ ਫਿਰ ਸਾਰੇ ਪਿੱਛੇ ਤੁਰਦਾ ਫਿਰ ਸਾਡੇ ਵਰਗੀ ਉਮਰ ਵੀ ਤਾਂ ਤੁਹਾਡੀ ਰਹੀ ਹੈ। ਹਾਂ ਉਦੋਂ ਨਹੀਂ ਕੋਸ਼ਿਸ਼ ਕੀਤੀ ਨਹੀਂ ਸੱਚੀ ਗੱਲ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਦੂਜੇ ਦੇ ਐਵੇਂ ਸਨ ਹਾਂ ਮੈਨੂੰ ਕੋਸ਼ਿਸ਼ ਹੀ ਨਹੀਂ ਕੀਤੀ ਕਹਿਣਾ ਯਾਰ ਜਾਵਾਂਗੇ ਦੇਖ ਕੇ ਆਪਣਾ ਪਿਛਲਾ ਟਿਕਾਣਾ ਆਵਾ ਯਾਰ ਹੋਵਾਂਗੇ ਦਿਲ ਬੁਰਾ ਹੋਊਗਾ ਕੀ ਜਾਣਾ ਵਾ ਇਸ ਤੋਂ। ਅੱਛਾ ਹੁਣ ਤੁਹਾਨੂੰ ਅਗਰ ਲੈ ਜਾਈਏ ਉੱਥੇ ਜਲੰਧਰ ਹਾਂਜੀ ਅਤੇ ਆਪਣਾ ਲੱਭ ਲਓਗੇ ਘਰ ਕਿੱਥੇ ਸੀ? ਹਾਂ ਬਿਲਕੁਲ ਲੱਭ ਲਾਂਗੇ ਉਹ ਜ਼ਿਹਨ 'ਚ ਨਕਸ਼ਾ ਕਿੱਥੇ? ਬਿਲਕੁਲ ਨਕਸ਼ਾ ਮੇਰੇ ਅੱਗੇ ਅੱਖਾਂ ਦੇ ਹੁਣ ਵੀ ਅੱਗੇ ਅੱਖਾਂ ਅੱਗੇ ਫਿਰਦੇ ਆ। ਅੱਛਾ ਕਰਤਾਰਪੁਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਥਾਣਾ ਕਰਤਾਰਪੁਰ ਉਹ ਗੁਰੂ ਦਾ ਸ਼ਹਿਰ ਆ ਤਾਂ ਉੱਥੋਂ ਸੜਕ ਨਿਕਲਦੀ ਸੀ ਉਦੋਂ ਤਾਂ ਕੱਚੀ ਸੀ ਤਾਂ ਹੁਣ ਹੁਣ ਆ ਪੱਕੀ ਉਹ ਪੱਕੀ ਸੜਕ ਜਾਂਦੀ ਸੀ ਕਰਤਾਰਪੁਰੋਂ ਅਲਾਲਪੁਰ ਨੂੰ ਕੱਚੀ ਸੜਕ ਅਤੇ ਸੜਕ ਉਹ ਬੜੀ ਵੱਡੀ ਸੀ ਉਹ ਸੜਕ ਦੇ ਉੱਤੇ ਸਾਡਾ ਪਿੰਡ ਸੀਗਾ ਤਿੰਨ ਮੀਲ ਤਕਰੀਬਨ 3 ਕੁ ਮੀਲ ਸੀਗਾ ਕਰਤਾਰਪੁਰੋਂ ਪਸਣਾ ਅਤੇ ਤੁਰ ਕੇ ਆ ਜਾ ਲਈਦਾ ਸੀ ਘੋੜੀਆਂ ਉੱਠਾਂ 'ਤੇ ਵੀ ਚਲੇ ਜਾਂਦੇ ਸੀ ਲੋਕ ਅਤੇ ਕੋਈ ਐਡੀ ਗੱਲ ਨਹੀਂ ਸੀ। ਅੱਛਾ ਉੱਥੇ ਆਪਣਾ ਜਿਹੜੀ ਵਾਹੀ ਸੀ ਹਾਂਜੀ ਜ਼ਮੀਨ ਆਪਣੇ ਦੀ ਟੂਬਲਾਂ ਦੀ ਸੀ ਕਿ ਨਹਿਰੀ ਸੀ? ਨਹੀਂ ਨਹੀਂ ਖੂਹਾਂ ਦੀ ਖੂਹਾਂ ਦੀ ਖੂਹ ਖੂਹ ਠੀਕ ਹੈ। ਅੱਛਾ
ਤੇ ਇਹ ਦੱਸੋ ਤੁਸੀਂ ਮੈਨੂੰ ਵੀ ਜਦੋਂ ਵੰਡ ਦਾ ਹੋ ਗਿਆ ਐਲਾਨ, ਹਾਂਜੀ, ਵੀ ਹੁਣ ਆਪਾਂ ਜਾਣਾ ਉੱਥੇ, ਜਾਣਾ ਪਤਾ ਲੱਗ ਗਿਆ, ਹਾਂਜੀ, ਕਿਵੇਂ ਤਿਆਰੀ ਕੀਤੀ, ਕੀ ਸਮਾਨ ਲਿਆ ਨਾਲ? ਜਦੋਂ ਜੀ ਇਹ ਐਲਾਨ ਹੋਇਆ ਨਾ, ਪਹਿਲੀ ਤਾਂ ਗੱਲ ਇਹ ਵੀ ਛਸ਼ੋ ਪੰਚ ਹੀ ਰਹੇ ਹਾਂ ਅਸੀਂ ਸਾਰੇ, ਭਾਈ ਕੋਈ ਕਹਿੰਦਾ ਸੀ ਉੱਜੜਨਾ ਪੈਣਾ ਅਤੇ ਕੋਈ ਕਹਿੰਦਾ ਸੀ ਵੀ ਹਾਂ ਉੱਜੜਨਾ, ਕਿੱਥੇ ਇੱਦਾਂ ਹੀ ਰਹਿਣਾ ਅਸੀਂ ਸਾਰਿਆਂ ਨੇ, ਹਾਂਜੀ। ਉਹ ਵਿੱਚ ਹਾ ਕੰਮ ਹੋਣ ਲੱਗ ਪਿਆ ਨਾ ਜਿਹੜਾ, ਫਿਰ ਪਿੰਡਾਂ ਦਾ ਇੱਕ ਦੂਜੇ ਦੇ ਵਿੱਚ ਜਿਹੜੇ ਸ਼ਰਾਰਤੀ ਬੰਦੇ ਸੀ ਇਹ ਨੁਕਸਾਨ ਲੱਗ ਪਏ ਕਰਨ ਬੰਦਿਆਂ ਦਾ, ਤਾਂ ਫਿਰ ਪਤਾ ਵੀ ਲੱਗ ਗਿਆ ਵੀ ਹੁਣ ਉੱਜੜਨਾ ਪੈਣਾ, ਤਾਂ ਫਿਰ ਉੱਜੜ ਗਏ। ਕਈਆਂ ਨੇ ਤਾਂ ਉੱਥੋਂ ਹੁਣ ਗੱਡੇ 'ਚ ਕੀ ਕੀ ਬੰਦਾ ਰੱਖ ਸਕਦਾ ਜੀ, ਕਿੰਨਾ ਕੁ ਮਾਲ ਰੱਖ ਲਓ, ਅਤੇ ਮਾਲ ਤਾਂ ਕੁਛ ਨਹੀਂ ਲਿਆ ਅਸੀਂ, ਜੋ ਵੀ ਸਾਡੇ ਕੋਲ ਹੈਗਾ ਸੀ ਅਸੀਂ ਉੱਥੇ ਹੀ ਛੱਡ ਕੇ ਆਏ ਸਭ ਕੁਛ, ਸਾਰਾ ਕੁਛ ਛੱਡ ਲਿਆ। ਹਾਂ ਬਿਲਕੁਲ। ਕਿਵੇਂ ਹੌਸਲਾ ਪਿਆ ਘਰ ਛੱਡਣ? ਬਸ ਜੀ ਹੌਸਲਾ ਮਜ਼ਬੂਰੀ, ਮਜ਼ਬੂਰੀ, ਹਾਂਜੀ ਹੌਸਲਾ ਮਜ਼ਬੂਰੀ ਨਾ ਦੇਖਣਾ ਇੱਕ ਠੀਕ ਹੋ ਗਿਆ। ਅਤੇ ਕਿਵੇਂ ਤੁਰੇ ਫਿਰ ਉੱਥੋਂ, ਕਿੱਧਰ ਕਿੱਧਰ ਦੀ ਕਿਹੜੇ ਕਾਫਲੇ ਨਾਲ? ਅਸੀਂ ਜਨਾਬ ਉੱਥੋਂ ਤੁਰੇ ਹਾਂ, ਆਏ ਹਾਂ ਰਿਆਸਤ ਕਪੂਰਥਲੇ 'ਚ, ਇੱਕ ਪਿੰਡ ਸੇਰੂਵਾਲ ਸੀਗਾ ਉੱਥੇ ਆਏ, ਉੱਥੋਂ ਲਾਗੇ ਸੀ ਦਬੋਈ ਰੋਡ ਦੇ ਉੱਤੇ। ਨਹੀਂ ਪਹਿਲਾਂ ਤਾਂ ਮੈਨੂੰ ਦੱਸੋ ਵੀ ਜਦੋਂ ਪਿੰਡੋਂ ਨਿਕਲਣ ਲੱਗੇ ਆ, ਜਿਹੜੇ ਮਜ਼ਹਬੀ ਸਿੱਖ ਸੀ ਦੂਜੇ ਤੀਜਿਆਂ ਕਿਸੇ ਨੇ ਤੰਗ ਤਾਂ ਨਹੀਂ ਕੀਤਾ? ਨਹੀਂ, ਬਿਲਕੁਲ ਅਮਨ ਸਕੂਨ, ਅਮਨ, ਅਸੀਂ ਅਮਨ ਨਾਲ ਆਏ, ਬਿਲਕੁਲ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ, ਠੀਕ, ਅਸੀਂ ਬੜੇ ਆਰਾਮ ਨਾਲ। ਬਲਕਿ ਉਹ ਜਿਹੜਾ ਚੱਕ ਘੁਮਾਰਾ ਤੁਹਾਨੂੰ ਦੱਸਦਾ ਨਾ ਮੈਂ ਸਿੱਖਾਂ ਦਾ, ਉਹ ਬੜਾ ਔਹਰਾ ਪਿੰਡ ਸੀਗੇ, ਬਹੁਤ ਔਹਰੇ ਸਿੱਖ ਸੀ ਉਹ, ਅੱਲਾ ਜਾਣਦਾ ਉਹ ਤਾਂ ਵਿਚਾਰੇ ਸਾਡੇ ਗੱਡਿਆਂ ਦੇ ਅੱਗੇ ਲੰਮੇ ਪੈਣ, ਖਾਲੀ ਗੱਡੇ ਸੀ ਉੱਤੇ ਜੀ ਭਾਲੇ ਸੀ ਅਸੀਂ, ਉਹ ਕਹਿੰਦੇ ਸੀ ਤੁਹਾਨੂੰ ਅਸੀਂ ਆਪ ਛੱਡਿਆਵਾਂਗੇ ਤੁਸੀਂ ਜਾਓ ਨਾ, ਅਸੀਂ ਕਿਹਾ ਉਹ ਭਾਈਆ ਅਸੀਂ ਤੁਸੀਂ ਆਪ ਛੱਡੋਗੇ। ਅਸੀਂ ਉੱਥੋਂ ਜਨਾਬ ਨਡਾਲਿਓਂ ਤੁਰੇ ਹਾਂ ਅਤੇ ਅਸੀਂ ਆਏ ਹਾਂ ਬਿਆਸ ਦਰਿਆ 'ਤੇ ਪੁਲ 'ਤੇ, ਉੱਥੇ ਬਣੀ ਸੀ ਸਰਾਂ ਆ ਮੁਸਾਫਰਾਂ ਵਾਲੀ, ਉੱਥੇ ਅਸੀਂ ਰਹੇ ਤਿੰਨ ਚਾਰ ਦਿਨ, ਤਿੰਨਾਂ ਚੌਂ ਦਿਨਾਂ ਤੋਂ ਬਾਅਦ ਉੱਥੋਂ ਅਸੀਂ ਉੱਠੇ ਹਾਂ ਤੁਰੇ ਹਾਂ ਅਤੇ ਫਿਰ ਅਸੀਂ ਆ ਗਏ ਹਾਂ ਜਨਾਬ ਇਹ ਅੰਮ੍ਰਿਤਸਰੋਂ ਪਰੇ ਇੱਕ ਅੱਡਾ ਵਾ ਟਾਂਗਰਾ, ਟਾਂਗਰਾ ਉੱਥੇ ਆ ਗਏ, ਉੱਥੋਂ ਅਸੀਂ ਤੁਰੇ ਹਾਂ ਫਿਰ ਅੰਮ੍ਰਿਤਸਰ ਪਾਰ ਕਰਕੇ ਨਾ, ਫਿਰ ਸਾਨੂੰ ਇੱਕ ਰਾਤ ਰੋਡ 'ਤੇ ਹੀ ਪਈ ਆ, ਅਸੀਂ ਵੀ ਆਸੇ ਪਾਸੇ ਨਹੀਂ ਕਿਤੇ ਗਏ, ਗੱਡੇ ਜਿਹੜੇ ਨਾ ਸਾਡੇ ਕਾਫਲਾ ਸਾਡਾ ਤੁਰਿਆ ਜਾਂਦਾ ਜਿੱਦਾਂ ਸੀ ਉਹ ਰੋਡ 'ਤੇ ਹੀ ਖੜੋ ਗਿਆ ਬਹਿ ਗਏ, ਉੱਥੋਂ ਉੱਠੇ ਹਾਂ ਤਾਂ ਫਿਰ ਤੁਰੇ ਹਾਂ ਤਾਂ ਜਨਾਬ ਅਸੀਂ ਵਾਗੇ ਹੱਦ 'ਤੇ ਆ ਗਏ ਹਾਂ, ਆ ਇੰਨਾ ਕੰਮ। ਤਾਂ ਰਾਹ ਤਾਂ ਆਉਂਦੇ ਨਾ ਵੀ ਕਤਲੋ ਗਾਰਤ ਉਦੋਂ ਬੜੀ ਹੋਈ? ਨਹੀਂ ਨਹੀਂ, ਰਾਜ ਨਹੀਂ ਸਾਨੂੰ ਰਾਜ ਕਿਸੇ ਨੇ ਕੋਈ ਕਤਲੋ ਗਾਰਤ ਨਹੀਂ ਹੋਈ, ਉੱਥੇ ਬੈਠਿਆਂ ਜਿਹੜੇ ਕੋਈ ਪਿੰਡਾਂ ਨੂੰ ਇੱਦਾਂ ਦੇ ਜਿਹੜੇ ਸ਼ਰਾਰਤੀ ਜੇਲ੍ਹ ਦੇ ਬੰਦੇ ਸੀ ਨਾ ਬੈਠਿਆਂ ਪਿੰਡਾਂ 'ਤੇ, ਉੱਥੇ ਉੱਥੇ ਕੋਈ ਨੁਕਸਾਨ ਹੋਇਆ ਵਾ? ਆਉਂਦੇ ਵੀ ਇੱਕ ਬੰਦਾ ਆਉਂਦੇ ਸੀ ਜਾਣ ਵਾਲਾ ਕੋਈ ਮਰ ਵੀ ਗਿਆ, ਹਾਂਜੀ ਕੋਈ ਸ਼ਹੀਦ ਵੀ ਹੋਇਆ, ਇੱਕ ਦੱਸਣ ਡਿਆ ਨਾ ਵੀ ਜਲੰਧਰ ਆਉਂਦੇ ਘੋੜੀ 'ਤੇ? ਹਾਂ ਉਹ ਸ਼ਹੀਦ ਹੋਇਆ ਉਹ ਬੈਠਿਆਂ 'ਤੇ ਆ, ਇਹ ਨਹੀਂ ਵੀ ਉਦੋਂ ਹਾਲੀ ਪਿੰਡ ਬੈਠੇ ਬੈਠੇ ਸੀ ਅਸੀਂ, ਅਜੇ ਉੱਜੜੇ ਨਹੀਂ ਸੀ ਅਸੀਂ ਉੱਥੇ ਪਿੰਡ ਬੈਠੇ ਸੀ ਅਸੀਂ, ਬਲਕਿ ਅਸੀਂ ਉੱਜੜੇ ਹੀ ਉਹਦੇ ਸ਼ਹੀਦ ਹੋਣ ਤੋਂ ਬਾਅਦ ਆ। ਕਿਵੇਂ ਉਹ ਕਿਵੇਂ ਹੋ ਗਿਆ ਸ਼ਹੀਦ? ਉਹ ਜਲੰਧਰ ਗਿਆ ਸੀ ਕਿਸੇ ਕੰਮ ਆਪਣੇ, ਘੋੜਾ ਉਹਦੇ ਕੋਲ ਸੀਗਾ। ਕੀ ਨਾਮ ਉਹਨਾਂ ਦਾ? ਮੇਰਾ ਹੀ ਨਾਮ ਦਿਲਾਵਰ ਖਾਨ, ਉਹਨਾਂ ਦਾ ਨਾਮ ਵੀ ਦਿਲਾਵਰ, ਉਹਦਾ ਨਾਮ ਵੀ ਦਿਲਾਵਰ ਖਾਨ, ਰਾਜਪੂਤ ਹੀ ਉਹ ਸੀ, ਠੀਕ ਹੈ। ਅਤੇ ਉਹ ਆ ਰਿਹਾ ਸੀ ਰਾਹ ਤੋਂ, ਸਿੱਖਾਂ ਦੇ ਪਿੰਡ ਦੋ ਤਿੰਨ ਆਉਂਦੇ ਸੀਗੇ, ਕਾਲਾ ਭਤੀਜਾ ਅਤੇ ਆਪਣਾ ਹੁਣ ਪਿੰਡਾਂ ਦੇ ਵੀ ਨਾਂ ਭੁੱਲੀ ਜਾਣ ਡੇ, ਠੀਕ ਹੈ, ਇਹ ਦੋ ਤਿੰਨ ਪਿੰਡ ਆਉਂਦੇ ਸੀ। ਉੱਥੇ ਜਦੋਂ ਆਇਆ ਤਾਂ ਉਹ ਸਿੱਖਾਂ ਨੇ ਉੱਥੇ ਫੜ ਕੇ ਉਹਨੂੰ ਸ਼ਹੀਦ ਕਰ ਦਿੱਤਾ, ਉਹ ਜਦੋਂ ਪਤਾ ਲੱਗਾ ਵੇਲੇ ਵੀ ਫਲਾਨਾ ਬੰਦਾ ਸ਼ਹੀਦ ਹੋ ਗਿਆ ਮਾਰ ਦਿੱਤਾ, ਅਤੇ ਉਹ ਸਾਡੇ ਸਗੋਂ ਬਲਕਿ ਪਿੰਡ ਜਿਹੜੇ ਮੁਸਲਮਾਨਾਂ ਦੇ ਸੀਗੇ ਨਾ ਉਹ ਬੜੇ ਤੈਹ ਚਾ ਕੇ ਚੜ੍ਹੇ ਵੀ, ਫਿਰ ਜੇ ਉਹਨਾਂ ਨੇ ਮਾਰ ਦਿੱਤਾ ਤਾਂ ਸਾਡੇ ਕੋਲੋਂ ਨਾ ਮੰਨਗੇ, ਤਾਂ ਉਹ ਫਿਰ ਇੱਕ ਬੰਦਾ ਕੋਈ ਸਿਆਣਾ ਸੀਗਾ ਸਾਡੀ ਬਰਾਦਰੀ ਦਾ ਹੀ ਰਾਜਪੂਤ ਜੈਲਦਾਰ ਸੀ ਉਹ ਫਿਰੋਜ਼ ਖਾਂ, ਉਹਨੇ ਕਿਹਾ ਭਲੇ ਮਾਨਸ ਜਾਣਦੇ ਨੁਕਸਾਨ ਬਹੁਤ ਹੋਊਗਾ, ਇੱਕ ਦੂਜੇ ਨੁਕਸਾਨ ਬਹੁਤ ਸਿਆਣੇ ਲੋਕ ਵੀ ਹੈ, ਉਹਨਾਂ ਦਾ ਵੀ ਹੋਊ ਅਤੇ ਤੁਹਾਡਾ ਵੀ ਹੋਊਗਾ, ਨੁਕਸਾਨ ਬਹੁਤ ਉਹ ਜਾਣਦੇ ਹੋਏ ਸ਼ਹੀਦ ਹੋ ਗਿਆ ਤਾਂ ਚਲੋ ਹੋ ਗਿਆ, ਅੱਲਾ ਨੂੰ ਪਿਆਰਾ ਕੋਈ ਨਹੀਂ, ਨਾ ਫਿਰ ਨਹੀਂ ਅਸੀਂ ਆਪੋ ਵਿੱਚ ਸਾਡੀ ਲੜਾਈ ਨਹੀਂ ਕਿਸੇ ਨਾਲ, ਨਾ ਸਾਡੇ ਨਾਲ ਸਿੱਖ ਲੜੇ ਨਾ ਅਸੀਂ ਉਹਨਾਂ ਨਾਲ ਲੜੇ, ਹਾਂ
ਅੱਛਾ ਹੁਣ ਅਖੀਰ ਦੀ ਬਾਕੀ ਆਪਾਂ ਹੁਣ ਜ਼ਿੰਦਗੀ ਵੀ 90 ਸਾਲਾਂ ਦੀ ਹੋ ਗਈ ਹਾਂਜੀ ਅਤੇ ਹਾਲੇ ਤੱਕ ਆਪਣਾ ਪਿਛਲਾ ਜਿਹੜਾ ਵਾ ਇਲਾਕਾ ਪਿੰਡ ਉਹ ਘਰ ਦੱਸ ਦਿਓ ਵੀ ਉਵੇਂ ਅੱਖਾਂ ਗਏ ਹਾਂ ਆਉਂਦਾ ਜਨਾਬ ਉੱਦਾਂ ਹੀ ਉਹ ਸਾਰੀ ਨਕਸ਼ਾ ਮੋਹਰੇ ਆ ਜਾਂਦਾ ਵੀ ਇੱਥੇ ਅਸੀਂ ਰਹਿੰਦੇ ਸੀ ਉੱਥੇ ਸਾਡੀ ਫਲਾਨੀ ਚੀਜ਼ ਸੀ ਉੱਥੇ ਸਾਡਾ ਉਹ ਸੀ ਸਾਡਾ ਉਹ ਸੀ ਉਹ ਸਾਰੀ ਸ਼ਹਿ ਜਿਹੜੀ ਆ ਉਵੇਂ ਦੀ ਹਾਂ ਉਹਦੇ ਨਿਗਾਹ ਕੇ ਆਉਂਦੀ ਹੈ ਜਨਾਬ ਇੰਨਾ ਕੁਛ ਛੱਡਿਆ ਘਰ ਛੱਡੇ ਅਗਾਂਹ ਆਪਣੇ ਬੱਚੇ ਨਿਆਣੇ ਜਿਹੜੇ ਆ ਨਾ ਉਹਨਾਂ ਨੂੰ ਵੀ ਸਾਨੂੰ ਇਹ ਦੱਸਣ ਦੀ ਲੋੜ ਹੈ ਵੀ ਅਸਾਂ ਆਪਾਂ ਬੜੀਆਂ ਮੁਸ਼ਕਲਾਂ ਬਿਲਕੁਲ ਬਿਲਕੁਲ ਐਵੇਂ ਆਸਾਨੀ ਨਾਲ ਨਹੀਂ ਆ ਗਏ ਬਲਕਿ ਇਹ ਉੱਜੜੇ ਆ ਤੇ ਦੇਖ ਲਓ ਵੀ ਆਹ ਜਿਹੜੀ ਆਪਣੀ ਗੰਦਮ ਕਣਕ ਇੱਕ ਮਕਾਨ ਦਾ ਅਸੀਂ ਨਾ ਮੋਹਰਿਓ ਐਵੇਂ ਉੱਥੇ ਭਾਵਾਂ ਆਦਿ ਫਰਸ਼ ਲੱਗੇ ਨਾ ਉਹ ਜ਼ਮੀਨ ਹੀ ਇੱਦਾਂ ਦੇ ਸੀ ਉੱਥੇ ਭਾਵੇਂ 2 ਸਾਲ ਦਾਣਾ ਪਿਆ ਰਿਹਾ ਉਹ ਖਰਾਬ ਹੀ ਨਹੀਂ ਸੀ ਹੁੰਦਾ ਐਡੀ ਵਧੀਆ ਜ਼ਮੀਨ ਇੱਦਾਂ ਦੀ ਜ਼ਮੀਨ ਸੀ ਉਹ ਤੇ ਉਹ ਇੱਦਾਂ ਮੋਹਰਿਓ ਇੱਕ ਮਕਾਨ ਦਾ ਮੱਥਾ ਹੀ ਮੋਹਰਿਓ ਵਾਲ ਕੇ ਤੇ ਉਹਦੇ 'ਚ ਉੱਦਾਂ ਹੀ ਕਣਕ ਸਿੱਟੀ ਸੀ ਹੁਣ ਹੀ 200-250 ਮਣ ਕਣਕ ਅਸੀਂ ਉੱਦਾਂ ਹੀ ਛੱਡ ਕੇ ਆਏ ਉਹ ਵੀ ਉੱਦਾਂ ਹੀ ਛੱਡ ਕੇ ਹਾਂਜੀ ਸਾਰਾ ਕੁਛ ਹੋਰ ਸਮਾਨ ਘਰ ਦਾ ਵੀ ਜੋ ਸਮਾਨ ਸੀ ਸਾਰਾ ਉੱਦਾਂ ਹੀ ਮਾਲ ਡੰਗਰ ਵੀ ਸਾਰਾ ਛੱਡ ਕੇ ਉੱਦਾਂ ਹੀ ਹਰ ਸ਼ਾ ਕੋਈ ਡੰਗਰ ਡੁੰਗਰ ਨਹੀਂ ਲਿਆਉਂਦਾ ਲਿਆਉਂਦੇ ਦੋ ਢੱਗੇ ਜਿਹੜੇ ਜੋਏ ਸੀ ਜਿਹੜੇ ਗੱਡੇ ਜੋੜੇ ਸੀ ਗੱਡਿਆਂ ਦੇ ਅਸੀਂ ਸਮਾਨ ਕੋਈ ਨਹੀਂ ਰੱਖਿਆ ਪਿੰਡੋਂ ਅਸੀਂ ਜਨਾਬ ਇੱਕ ਟੀਨ ਘੇ ਦਾ ਮਾਲ ਲੂਣ ਅਤੇ ਇੱਕ ਬੋਰੀ ਕਣਕ ਦੀ ਲੈ ਜੀ ਇਹ ਤੋਂ ਇਲਾਵਾ ਸਾਡੇ ਵਾਸਤੇ ਸੂਰ ਹੋ ਰਹਾ ਵਾ ਇੱਥੇ ਆ ਕੇ ਫਿਰ ਸਿੱਧੇ ਇੱਥੇ ਬੈਠੇ ਆ ਕੇ 87 ਆ ਕੇ ਹਾਂ ਨਹੀਂ ਅਸੀਂ ਫਿਰ ਆਏ ਨਾ ਲਾਹੌਰ ਅਤੇ ਲਾਹੌਰੋਂ ਇੱਦਾਂ ਤੁਰਦਿਆਂ ਤੁਰਦਿਆਂ ਫੈਸਲਾਬਾਦ ਵਿੱਚ ਲੈ ਜੀ ਲੈ ਉਦੋਂ ਇਹਨੂੰ ਲੈਲਪੁਰ ਕਹਿੰਦੇ ਸੀ ਲੈਲਪੁਰ ਜਾਣਾ ਜੀ ਉੱਥੇ ਬੜੇ ਚੰਗੀ ਜ਼ਮੀਨ ਆ ਚੰਗਾ ਉਹ ਫਲਾਨੀ ਆ ਉਹ ਲੈਲਪੁਰ ਦੇ ਬਾਅਦ 'ਚ ਜੇ ਉਹ ਤੁਰੇ ਹੌਲੀ 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 ਇੱਥੇ ਆਪੜੇ ਹਾਂ ਫਿਰ ਜ਼ਮੀਨ ਪੂਰੀ ਪੈ ਗਈ ਇੱਥੇ ਜ਼ਮੀਨ ਸਾਨੂੰ ਸਾਰੀ ਨਹੀਂ ਪਈ ਕੱਟ ਕੇ ਪਈ ਆ ਨੰਬਰ ਇਹਦੇ ਜ਼ਿਆਦਾ ਨਿਕਲੇ ਆ ਅਤੇ ਜਿਹੜੀ ਸਾਡੀ ਪਿਛਲੀ ਜ਼ਮੀਨ ਸੀ ਉਹਦੇ ਨੰਬਰ ਆਏ ਆ ਘੱਟ ਉੱਥੇ ਸਾਡੇ 15-16 ਮਰੱਬੇ ਸੀ ਸਾਨੂੰ ਇੱਥੇ ਲੱਭੇ ਆ ਕੋਈ 8-9 ਕੁ ਮਰੱਬੇ ਲੱਭੇ ਆ ਇੱਥੇ 9 ਮਰੱਬੇ ਮਿਲੇ ਹਾਂਜੀ ਠੀਕ ਜ਼ਮੀਨ ਵੀ ਪੂਰੀ ਨਹੀਂ ਪਈ ਨਹੀਂ ਠੀਕ ਜਾਣ ਦਾ ਸਬੱਬ ਬਣੇ ਪਛਾਣ ਹੁਣ ਹਾਂਜੀ ਕੋਈ ਜਾਣ ਨੂੰ ਦਿਲ ਕਰਦਾ ਜਾਓਗੇ ਦਿਲ ਤਾਂ ਕਰਦਾ ਪਰ ਜਾਣ ਨੂੰ ਇਹ ਆ ਵੀ ਹੁਣ ਇੱਦਾਂ ਵੀ ਮੈਂ ਜਿਹੜਾ ਨਾ ਤੁਰ ਫਿਰਨਾ ਜਿਹੜਾ ਮੈਨੂੰ ਇਹ ਮੈਨੂੰ ਬਹੁਤ ਮੁਸ਼ਕਲ ਆ ਅਕਸਰ ਉੱਥੇ ਬੰਦਾ ਜਾਵੇ ਤੁਰੇ ਫਿਰੇ ਦੇਖੇ ਸਾਰਾ ਕੁਛ ਇਲਾਕਾ ਫਿਰ ਕੇ ਦੇਖੇ ਜਾਂ ਜਿਹੜੇ ਉਹ ਜਾਣ ਦੇ ਬੋਝਦੇ ਬੰਦੇ ਸੀ ਉਹਨਾਂ ਦਾ ਕੋਈ ਉਹਨਾਂ ਦੀ ਕੋਈ ਔਲਾਦ ਹੀ ਹੋਊ ਲਾਂਭੇ ਨਾਲ ਪਿੰਡਾਂ 'ਚ ਜਿਹੜੇ ਸੱਜਣ ਵੇਲੀ ਸੀ ਬੰਦਾ ਉਹਨਾਂ ਕੋਲ ਜਾਵੇ ਉਹਨਾਂ ਨਾਲ ਗੱਲਾਂ ਬਾਤਾਂ ਕਰੇ ਹੈਂ ਅਤੇ ਉਹ ਹੁਣ ਇੰਨੀ ਪਾਵਰ ਨੇ ਜੀ ਤੋਰ ਨਹੀਂ ਸਕਦਾ ਜਦੋਂ ਇਵੇਂ ਦੀ ਗੱਲ ਆਉਂਦੀ ਤਾਂ ਪਾਵਰਾਂ 'ਤੇ ਆ ਜਾਂਦੀਆਂ ਹਾਂਜੀ ਇਹਦੀ ਗੱਲ ਤਾਂ ਨਾਲ ਹੈ ਜਦੋਂ ਜ਼ਿਹਨ 'ਚ ਸਾਰਾ ਕੁਛ ਆ ਗਿਆ ਵੀ ਹੁਣ ਇਵੇਂ ਗੱਲਾਂ ਸੁਣਾਤੀਆਂ ਵੀ ਜਿਵੇਂ ਕੱਲ੍ਹ ਦੀ ਗੱਲ ਹੈ ਅਤੇ ਫਿਰ ਪਾਵਰ ਵੀ ਆ ਜਾਂਦੀ ਕਿਆ ਬਾਤਾਂ ਆਉਂਦੀ ਤੁਹਾਡੀਆਂ ਗੱਲ ਕਰਨ ਡੇ ਸੀ ਜੀ ਬਾਬਾ ਜੀ ਦੇ ਨਾਲ ਬਾਬਾ ਦਿਲਾਵਰ ਖਾਨ ਸਾਹਿਬ ਦੇ ਨਾਲ ਅਤੇ ਉਦੋਂ ਆਉਂਦੇ ਆ ਕਿ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਲੋਕ ਬੜੇ ਮਰੇ ਅਤੇ ਮੀਂਹ ਬੜਾ ਪੈਂਦਾ ਸੀ ਹਫ਼ਤਾ ਪੂਰਾ ਹਾਲੇ ਮੀਂਹ ਪੈਂਦਾ ਰਿਹਾ ਉਦੋਂ ਜਿਹੜੇ ਬੇਕਸੂਰ ਲੋਕ ਮਾਰੇ ਗਏ ਉਹ ਮੀਂਹ ਨਹੀਂ ਸੀ ਪੈਂਦਾ ਰੱਬ ਦਾ ਅਰਸ਼ ਰੋਂਦਾ ਸੀ ਵੀ ਇੰਨੇ ਲੋਕ ਬੇਗੁਨਾਹ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਉਹਨਾਂ ਦੀਆਂ ਮਾਵਾਂ ਨਾਲ ਰਹੀਆਂ ਭੈਣਾਂ ਦੇ ਭਰਾ ਨਾਲ ਰਹੇ ਭੈਣਾਂ ਨਾਲ ਰਹੀਆਂ ਮਾਂ ਪਿਓ ਨਾਲ ਰਹੇ ਉਹ ਜਾਇਦਾਦਾਂ ਨਾਲ ਰਹੀਆਂ ਉਹ ਜਿਹੜੀ ਭਰਾ ਬੰਦੀ ਸੀ ਇੱਕ ਦੂਜੇ ਦੀ ਉਹ ਨਾ ਰਹੀ ਇਹਨਾਂ ਪ੍ਰੋਗਰਾਮਸ ਨੂੰ ਕਰਨ ਦਾ ਮਕਸਦ ਨਾ ਕਿ ਅਸੀਂ ਸਾਨੂੰ ਇਹਦੇ ਵਿੱਚ ਸਾਡਾ ਕੋਈ ਪਰਸਨਲ ਇੰਟਰਸਟ ਅਸੀਂ ਇਹ ਸੋਸ਼ਲੀ ਕਰੀਦਾ ਕਿ ਜਿਹੜੀਆਂ ਵੀਡੀਓਜ਼ ਦੇ ਲੋਕ ਨੇ ਸਾਰੇ ਹੀ ਚੱਲ ਜਾਣਾ ਕੱਲ੍ਹ ਨੂੰ ਇਹਨਾਂ ਲੋਕਾਂ ਵੀ ਚੱਲ ਜਾਣਾ ਇਹਨਾਂ ਦੀਆਂ ਯਾਦਾਂ ਰਹਿਣੀਆਂ ਆਉਣ ਵਾਲੀ ਨਸਲ ਨੂੰ ਦੱਸਿਆ ਜਾਵੇ ਕਿ ਇਹਨਾਂ ਲੋਕਾਂ ਨੇ ਕਿਵੇਂ ਅਸੀਂ ਆਜ਼ਾਦੀ ਲਈ ਇਹਨਾਂ ਕਿਵੇਂ ਸਰਵਾਈਵ ਕੀਤਾ ਜਿਹੜੇ 100% ਤੋਂ 0 ਤੋਂ ਆਏ ਅਤੇ 0 ਤੋਂ ਫਿਰ ਉੱਤੇ ਗਏ ਇਹਨਾਂ ਯਾਦਾਂ ਨੂੰ ਅਗਲੇ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਉਸ ਤੋਂ ਬਾਅਦ ਜੇ ਅਸੀਂ ਲਹਿੰਦੇ ਪੰਜਾਬ ਵਾਲੇ 14 ਅਗਸਤ ਆਜ਼ਾਦੀ ਦਾ ਦਿਨ ਮਨਾਉਂਦੇ ਹਾਂ ਅਤੇ 15 ਅਗਸਤ ਇੰਡੀਆ ਪੰਜਾਬ ਵਾਲੇ ਆਜ਼ਾਦੀ ਮਨਾਉਣ ਲੇਕਿਨ ਇਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਇਹਨਾਂ ਨੇ ਇੰਨਾ ਕੰਟਰੀਬਿਊਟ ਕੀਤਾ ਇੰਨੀਆਂ ਕੁਰਬਾਨੀਆਂ ਦਿੱਤੀਆਂ ਕਮ ਸੇ ਕਮ ਇਹਨਾਂ ਲੋਕਾਂ ਨੂੰ ਵੀ ਖਰਾਜੇ ਦੀ ਕਿੱਦਤ ਪੇਸ਼ ਕੀਤਾ ਜਾਵੇ ਇੱਕ ਮਖਸੂਸ ਦਿਨ ਮਖਸੂਸ ਟਾਈਮ ਰੱਖਿਆ ਜਾਵੇ ਇਹਨਾਂ ਲੋਕਾਂ ਨੂੰ ਵੀ ਜਿਹੜੀਆਂ ਯਾਦ ਕੀਤਾ ਜਾਵੇ ਇਹਨਾਂ ਲੋਕਾਂ ਦਾ ਵੀ ਦਿਲ ਵਧੇ ਕਿਉਂਕਿ ਲੋਕ ਕੁਛ ਰਹਿ ਗਏ ਨੇ ਹੁਣ
ਕਿਤੇ ਵੀ ਅਸੀਂ ਪਿੰਡ 'ਚ ਜਾਂਦੇ ਹਾਂ ਤਾਂ ਇੱਕ ਦੋ ਤਿੰਨ ਬਜ਼ੁਰਗ ਜਿਹੜੇ ਆ ਇਸ ਉਮਰ ਦੇ ਮਿਲਦੇ ਨੇ, ਅਤੇ ਉਹਨਾਂ ਸਾਂਝਾਂ ਨੂੰ ਯਾਦ ਕੀਤਾ ਜਾਵੇ ਜਿਹੜੀਆਂ ਸਾਂਝਾਂ ਸਨ ਪਾਰਟੀਸ਼ਨ ਤੋਂ ਪਹਿਲੇ ਦੀਆਂ, ਸਿੱਖ ਹਿੰਦੂ ਮੁਸਲਮਾਨ ਦੀਆਂ। ਹੁਣ ਅਸੀਂ ਬਾਰਡਰ 'ਤੇ ਲਾ ਲਏ, ਨਫ਼ਰਤਾਂ ਤਾਂ ਆਪਾਂ ਪਾ ਲਈਆਂ ਇੱਕ ਦੂਜੇ ਦੇ ਵਿੱਚ, ਲੇਕਿਨ ਪਹਿਲਾਂ ਕਿਉਂ ਨਹੀਂ ਸਨ ਨਫ਼ਰਤਾਂ? ਪਹਿਲਾਂ ਵੀ ਧਰਮ ਸਨ, ਪਹਿਲਾਂ ਵੀ ਮਜ਼ਹਬ ਸਨ, ਪਹਿਲਾਂ ਵੀ ਮੁਸਲਮਾਨ ਸਨ, ਹਿੰਦੂ ਸਨ, ਸਿੱਖ ਸਨ, ਈਸਾਈ ਸਨ, ਸਾਰੇ ਸਨ, ਇੱਕੋ ਥਾਂ ਰਹਿੰਦੇ ਸੀ, ਇੱਕੋ ਥਾਂ ਖਾਂਦੇ ਸੀ, ਸਾਰਾ ਕੁਝ ਸਾਂਝਾ ਸੀ। ਜੇ ਆਪਾਂ ਬਾਰਡਰਾਂ 'ਤੇ ਤਾਰਾਂ ਲਾ ਵੀ ਲਈਆਂ, ਕੰਧਾਂ ਲਾ ਵੀ ਲਈਆਂ, ਲੇਕਿਨ ਬਾਰਡਰਾਂ ਦੇ ਵਿੱਚ ਕੰਮ ਅਜ਼ ਕੰਮ ਇੰਨਾ ਤਾਂ ਕਰਦੀ ਕਿ ਬਾਰਡਰਾਂ ਦੇ ਵਿੱਚ ਉਹ ਬੂਹੇ 'ਤੇ ਖੁੱਲ੍ਹਣ। ਇਹ ਲੋਕ ਜਿਹੜੇ ਨੇ ਤਰਸਦੇ ਨੇ ਆਪਣੇ ਥਾਂ ਘਰ ਵੇਖਣ ਨੂੰ, ਇੱਧਰ ਬੈਠੇ ਵੀ, ਉੱਧਰ ਬੈਠੇ ਵੀ, ਬਾਰਡਰੋਂ ਪਾਰ ਬੈਠੇ ਵੀ, ਇੱਕ ਦੂਜੇ ਵੱਲ ਆਉਣ ਜਾਣ। ਅਤੇ ਸਾਰਿਆਂ ਨਾਲ ਵੱਡੀ ਗੱਲ, ਜਦੋਂ ਇਹ ਨਫ਼ਰਤਾਂ ਮੁਕਾਵਾਂਗੇ, ਅਮਨ ਦੀ ਰਾਹ 'ਤੇ ਚੱਲਾਂਗੇ, ਇੱਕ ਦੂਜੇ ਨੂੰ ਇਹ ਲੋਕ ਮਿਲਣਗੇ, ਇਹਨਾਂ ਦੇ ਵਿੱਚ ਅਸੀਂ ਜਿਹੜੇ ਹਥਿਆਰ ਖਰੀਦਦੇ ਹਾਂ, ਕਿਉਂ ਨਾ ਅਸੀਂ ਪਿਆਰ ਖਰੀਦੀਏ, ਇਹ ਹਥਿਆਰਾਂ ਦੀ ਜੰਗ 'ਚੋਂ ਬਾਹਰ ਆ ਜਾਈਏ। ਅੱਲਾ ਬਚਾ ਲਵੇ, ਅੱਲਾ ਬਚਾ ਲਏ। ਅਤੇ ਸਾਡੇ ਦੋਵਾਂ ਮੁਲਕਾਂ ਦਾ ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਕਿ ਇਹ ਵਿਜ਼ਿਟਰਸ ਆਉਣਗੇ, ਇਹਨਾਂ ਦੇ ਨਾਲ ਰੈਵਨਿਊ ਦੇ ਵਿੱਚ ਵੀ ਇਜ਼ਾਫਾ ਹੋਏਗਾ, ਮਵੀਸ਼ਤ ਬਿਹਤਰ ਹੋਏਗੀ, ਹਾਲਾਤ ਵੀ ਬਿਹਤਰ ਹੋਣਗੇ, ਅਤੇ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਭਰੀ ਆ ਉਹ ਇਹ ਜਿਹੜੀ ਨਫ਼ਰਤ ਆ ਇਹ ਵੀ ਮਜ਼ਹਬੀ ਠੇਕੇਦਾਰਾਂ ਅਤੇ ਮੀਡੀਆ ਨੇ ਭਰੀ ਹੈ। ਨਫ਼ਰਤ ਵੀ ਆਪਾਂ ਰਲ ਮਿਲ ਕੇ ਜਿਹੜੀ ਆ ਇਹਨੂੰ ਦੂਰ ਕਰਨਾ, ਇਹ ਜਿਹੜੀਆਂ ਦੂਰੀਆਂ ਇਹਨਾਂ ਨੂੰ ਮੁਕਾਵਾਂਗੇ, ਕੋਸ਼ਿਸ਼ ਕਰਾਂਗੇ ਇਹਨਾਂ ਪ੍ਰੋਗਰਾਮਸ ਦੀ ਰਾਹੀਂ, ਇਹਨਾਂ ਬਜ਼ੁਰਗਾਂ ਦੀ ਰਾਹੀਂ। ਇਹ ਲੋਕ ਜਿਹੜੇ ਨੇ ਸੋਨੇ ਵਰਗੇ, ਹੀਰੇ ਵਰਗੇ ਲੋਕ, ਜਿਨ੍ਹਾਂ ਨੇ ਉਹ ਸਾਰੀਆਂ ਗੱਲਾਂ ਅੱਜ ਤੱਕ ਆਪਣੇ ਜ਼ਿਹਨ 'ਚ, ਉਹ ਤਕਲੀਫਾਂ, ਉਹ ਜੋ ਕੁਛ ਇਹਨਾਂ ਬਰਦਾਸ਼ਤ ਕੀਤਾ ਆਪਣੇ ਅੰਦਰ ਸਮਾ ਕੇ ਬੈਠੇ ਨੇ, ਇਹਨਾਂ ਦੀਆਂ ਉਹ ਤਕਲੀਫਾਂ ਕੰਪੀੜਾਂ ਵੀ ਬਾਹਰ ਲਿਆਈਏ, ਲੋਕਾਂ ਨੂੰ ਦੱਸੀਏ, ਆਉਣ ਵਾਲੀ ਜਨਰੇਸ਼ਨ ਨੂੰ ਦੱਸੀਏ ਕਿ ਸਾਡੀਆਂ ਕਿਵੇਂ ਸਾਂਝਾਂ ਸਨ, ਅਸੀਂ ਪੰਜਾਬੀ ਕਿਵੇਂ ਵਸਦੇ ਸਾਂ। ਇਹਨਾਂ ਹੀ ਕੋਸ਼ਿਸ਼ਾਂ, ਇਹਨਾਂ ਹੀ ਵੀਡੀਓਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਪੰਜਾਬੀ ਲੈਬ ਦੀ ਸਾਰੀ ਟੀਮ ਸਰ ਤੋੜ ਕੋਸ਼ਿਸ਼ਾਂ ਕਰਦੀ ਰਹਿੰਦੀ, ਅਤੇ ਹੋਪਫੁਲੀ ਜਿੰਨੀ ਦੇਰ ਰੱਬ ਨੇ ਸਾਹ ਦਿੱਤਾ ਇਹ ਵੀਡੀਓਜ਼ ਇਹ ਕੋਸ਼ਿਸ਼ਾਂ ਕਰਦੇ ਰਹਾਂਗੇ, ਅਤੇ ਦੂਰੀਆਂ ਨਫ਼ਰਤਾਂ ਮੁਕਾਉਣ 'ਚ ਕੁਛ ਹਿੱਸਾ ਜਿਹੜਾ ਆਪਣਾ ਉਹ ਪਾ ਸਕਾਂਗੇ। ਅਗਲੇ ਪ੍ਰੋਗਰਾਮ ਤੱਕ ਵੀ ਨਾਸਰ ਢਿੱਲੋਂ ਦੇ ਪੰਜਾਬੀ ਲਾਈਵ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰਾਖਾ।